ਦੁੱਖ ਦੀ ਗੱਲ ਇਹ ਵੇ ਕਿ ਜਿਹੜੇ ਇੱਥੋਂ ਵਾਲੇ ਭਰਾ ਸਨ ਉਹਨਾਂ ਨੇ ਇਹਨਾਂ ਨੂੰ ਕਿਉਂ ਮਾਰਿਆ, ਠੀਕ ਹੈ, ਤੇ ਜਿਹੜੇ ਇਹ ਸਨ ਇਹਨਾਂ ਨੇ ਉਹਨਾਂ ਨੂੰ ਕਿਉਂ ਮਾਰਿਆ। ਜਿੱਦਣ ਅਸੀਂ ਬਾਰਡਰ ਪਾਰ ਕੀਤਾ ਸੀ ਸਾਨੂੰ ਤਾਂ ਇਹ ਨਹੀਂ ਮਹਿਸੂਸ ਹੋਇਆ ਕਿ ਬਾਰਡਰ ਪਾਰ ਕਰਕੇ ਅਸੀਂ ਪਾਰ ਚੱਲੇ ਹਾਂ ਜਾਂ ਆਪਣੇ 'ਚ ਹੀ ਹਾਂ। ਠੀਕ ਹੈ, ਸਾਨੂੰ ਤਾਂ ਇੰਨੀ ਸਕੂਨ ਮਿਲਿਆ। ਬੋਰਡ ਸਾਈਨ ਬੋਰਡ ਚੇਂਜ ਹੋ ਜਾਂਦੇ ਨੇ, ਉੱਧਰ ਪੰਜਾਬੀ ਹਿੰਦੀ ਅਤੇ ਇੰਗਲਿਸ਼ 'ਚ ਨੇ। ਠੀਕ ਹੈ, ਤਾਂ ਇੱਧਰ ਉੜਾਂਗੇ ਜੀ ਪਿੰਡ, ਆਪਣੇ ਪਿੰਡ ਦੀ ਧਰਤੀ 'ਤੇ ਮੱਥਾ ਟੇਕ ਕੇ ਨਮਸਤਕ ਹੋ ਕੇ ਆਪਣੇ ਪਿੰਡ ਦੀ ਜੂ 'ਚ ਜ਼ਿਲ੍ਹੇ ਪਟਿਆਲੇ ਤੋਂ ਆ। ਠੀਕ ਹੈ, ਮੇਰਾ ਸ਼ਹਿਰ ਰਾਜਪੁਰਾ ਅਤੇ ਸਰਦਾਰ ਲਖਵਿੰਦਰ ਸਿੰਘ ਨੇ ਪਟਿਆਲੇ ਤੋਂ ਨੇ। ਠੀਕ ਹੈ, ਅਤੇ ਸਰਦਾਰ ਬੂਟਾ ਸਿੰਘ ਮੱਲੀ, ਠੀਕ ਹੈ, ਇਹ ਨਾਭੇ ਤੋਂ ਨੇ ਜੀ। ਠੀਕ ਹੋ ਗਿਆ, ਅਤੇ ਸਾਡੇ ਵੀਰ ਜੀ ਇੱਥੇ ਸੀਗੇ ਸਾਡੇ ਨਾਲ। ਉਹ ਤੁਹਾਡੇ ਮੇਜ਼ਬਾਨ ਜਿਹੜੇ ਨੇ ਉਹ ਇੱਥੇ ਕਿਹੜੇ ਨੇ? ਇਹ ਨਈਮ ਖੋਖਰ ਜੀ ਨੇ। ਨਈਮ ਖੋਖਰ, ਹਾਂ, ਉਹਨਾਂ ਦੇ ਤੁਸੀਂ ਚਾਚਾ ਜੀ ਸਾਡੇ? ਅੱਛਾ, ਹਾਂਜੀ, ਠੀਕ ਹੈ। ਉਹ ਸ਼ਾਦੀ ਦੀ ਤਕਰੀਬ 'ਚ ਆਏ ਹੋ? ਸ਼ਾਦੀ, ਹਾਂਜੀ, ਉਹਨਾਂ ਦੇ ਦੋ ਬੇਟਿਆਂ ਦੀ ਸ਼ਾਦੀ ਹੈ। ਠੀਕ ਹੈ, ਅਤੇ ਉਹਨਾਂ ਦੇ ਅਸੀਂ ਉਹ ਆਏ ਹਾਂ ਜੀ। ਠੀਕ ਹੈ, ਅਸੀਂ ਤੁਹਾਨੂੰ ਇਹ ਪੁੱਛਾਂਗੇ ਕਿ ਤੁਸੀਂ ਪਾਕਿਸਤਾਨ ਪਹਿਲੀ ਵਾਰੀ ਆਏ ਹੋ? ਨਹੀਂ ਜੀ, ਮੈਂ ਪਾਕਿਸਤਾਨ ਤੀਜੀ ਵਾਰ ਆਇਆ। ਤੀਜੀ ਵਾਰੀ ਆਇਆ, ਅਤੇ ਬੂਟਾ ਸਿੰਘ ਮੱਲੀ ਜਿਹੜਾ ਇਹ ਦੂਜੀ ਵਾਰ ਆਇਆ ਜੀ। ਠੀਕ ਹੈ, ਅਤੇ ਬਾਕੀ ਸਾਰੇ ਪਹਿਲੀ ਵਾਰ ਆਏ ਨੇ। ਠੀਕ ਹੈ, ਅੱਛਾ, ਤੁਸੀਂ ਇਹ ਦੱਸੋ ਕਿ ਜਦੋਂ ਤੁਸੀਂ ਵਾਹਗਾ ਰਾਹੀਂ ਆਏ ਹੋਣੇ ਯਕੀਨਨ? ਹਾਂਜੀ, ਵਾਹਗਾ ਰਾਹੀਂ। ਤੁਸੀਂ ਵਾਹਗਾ ਰਾਹੀਂ ਪਾਕਿਸਤਾਨ ਦਾਖਲ ਹੋਏ ਹੋ, ਤੁਹਾਨੂੰ ਪਾਕਿਸਤਾਨ ਦੇ ਪੰਜਾਬ 'ਚ ਅਤੇ ਆਪਣੇ ਪੰਜਾਬ 'ਚ ਕੀ ਫਰਕ ਨਜ਼ਰ ਆਇਆ? ਕੋਈ ਫਰਕ ਨਹੀਂ ਲੱਗਾ, ਦੋਵੇਂ ਪੰਜਾਬ ਇੱਕੋ ਨੇ ਜੀ। ਠੀਕ ਹੈ, ਠੀਕ ਹੈ, ਸਿਰਫ ਬੋਰਡ ਸਾਈਨ ਬੋਰਡ ਚੇਂਜ ਹੋ ਜਾਂਦੇ ਨੇ, ਉੱਧਰ ਪੰਜਾਬੀ ਹਿੰਦੀ ਅਤੇ ਇੰਗਲਿਸ਼ 'ਚ ਨੇ, ਤਾਂ ਇੱਧਰ ਉਰਦੂ ਅਤੇ ਇੰਗਲਿਸ਼ ਦੇ ਵਿੱਚ ਨੇ ਜੀ। ਠੀਕ ਹੈ, ਹੋਰ ਕੁਛ ਨਹੀਂ ਬਦਲਦਾ, ਨਾ ਲੋਕ ਨਾ ਪਿਆਰ, ਸਗੋਂ ਸਾਡੇ ਉੱਧਰ ਨਾਲੋਂ ਇੱਧਰ ਦੁੱਗਣਾ ਮਿਲਦਾ। ਠੀਕ ਹੈ, ਬਹੁਤ ਪਿਆਰ ਮਿਲਿਆ ਸਾਨੂੰ ਹਰ ਥਾਂ ਦੇ ਉੱਤੇ, ਗੁਜਰਾਂ ਵਾਲੇ ਪਹੁੰਚ ਕੇ ਸ਼ਾਦੀ ਦੇ ਟਾਈਮ 'ਤੇ ਇੱਥੇ ਲੋਕਾਂ ਨੇ ਕਿਹਾ ਲੱਗਿਆ ਸ਼ਾਦੀ ਦੀ ਤਕਰੀਬ ਤੁਸੀਂ ਆਏ ਹੋ ਅਤੇ ਤੁਸੀਂ ਮਹਿੰਦੀ ਦੀ ਤਕਰੀਬ ਵੀ ਵੇਖੀ ਹੋਣੀ ਹੈ, ਵਿਆਹ ਵੀ ਵੇਖਿਆ ਯਕੀਨਨ ਅੱਜ ਵਲੀਮਾ? ਹਾਂਜੀ, ਅਤੇ ਕਿਵੇਂ ਦਾ ਲੱਗਿਆ ਉੱਧਰ ਦੀ ਇੱਧਰ ਦੀ ਸ਼ਾਦੀ ਦੀ ਤਕਰੀਬਾਂ 'ਚ ਕੋਈ ਫਰਕ ਹੈ ਜਾਂ ਕਿਸ ਤਰ੍ਹਾਂ? ਹਾਂਜੀ, ਫਰਕ ਹੈ, ਰਿਵਾਜ਼ਾਂ ਦਾ ਫਰਕ ਹੈ। ਠੀਕ ਹੈ, ਦੱਸੋ ਇੱਧਰ ਕਿਹੜੀ ਕੋਈ ਚੀਜ਼ ਅੱਛੀ ਲੱਗੀ ਹੈ ਕੋਈ? ਇਹ ਤੁਹਾਡੇ ਚੀਜ਼ ਅੱਛੀ ਲੱਗੀ ਜਿਹੜਾ ਤੁਸੀਂ ਮਤਲਬ ਖਰਚ ਘੱਟ ਕਰਦੇ ਹੋ ਵਿਆਹਾਂ 'ਤੇ? ਅੱਛਾ, ਹਾਂ, ਤੁਹਾਡੇ ਨਾਲ? ਸਾਡੇ ਨਾਲੋਂ? ਠੀਕ ਹੈ, ਸਾਡੇ 'ਤੇ ਜਿਹੜੇ ਵਿਆਹ ਨੇ ਸਵੇਰ ਤੋਂ ਸ਼ੁਰੂ ਹੋ ਜਾਂਦੇ 9 ਵਜੇ ਤੋਂ, ਠੀਕ ਹੈ, ਅਤੇ ਸ਼ਾਮ 5 ਵਜੇ ਤੱਕ। ਠੀਕ ਹੈ, ਅਤੇ ਬੜਾ ਫਾਲਤੂ ਖਰਚ ਕਰਦੇ ਨੇ ਉਹਦੇ ਵਿੱਚ ਸਾਡੇ ਲੋਕ ਜਿਹੜੇ ਨੇ। ਠੀਕ ਹੈ, ਤਾਂ ਇਹ ਚੀਜ਼ ਅਵੋਇਡ ਕਰਨੀ ਚਾਹੀਦੀ, ਉਹਨਾਂ ਨੂੰ ਵੀ ਚੰਗੀ ਨਹੀਂ ਹੈਗੀ। ਠੀਕ ਹੈ, ਅਤੇ ਤੁਹਾਡੇ ਇੱਧਰ ਬੜਾ ਵਧੀਆ ਅੱਛਾ ਮਾਹੌਲ ਹੈ, ਜਲਦੀ ਸ਼ਾਦੀ ਨਿਬੜ ਜਾਂਦੀ ਹੈ। ਠੀਕ ਹੋ ਗਿਆ, ਅਤੇ ਬੜਾ ਅੱਛਾ ਲੱਗਿਆ। ਤੁਸੀਂ ਇੱਥੇ ਆਏ ਹੋ ਵਿਆਹ ਦੀ ਤਕਰੀਬ 'ਚ, ਤਾਂ ਕਿਸੇ ਗੁਰਦੁਆਰੇ 'ਚ ਵੀ ਗਏ ਹੋ ਮੱਥਾ ਟੇਕਣ? ਹਾਂਜੀ, ਅਸੀਂ 12 ਤਰੀਕ ਨੂੰ ਆਏ ਹਾਂ। ਠੀਕ ਹੈ, ਅਤੇ 13 ਅਤੇ 14 ਨੂੰ ਸ਼ਾਦੀ ਵੇਖੀ, ਅਤੇ ਅੱਜ ਅਸੀਂ ਹੁਣ ਸਵੇਰੇ ਗੁਰਦੁਆਰਾ ਰੋੜੀ ਸਾਹਿਬ ਹੋ ਕੇ ਆਏ ਹੋ? ਹਾਂਜੀ, ਇਮਨਾਬਾਦ ਜੀ। ਠੀਕ, ਹਾਂਜੀ, ਹੁਣ ਅਸੀਂ ਹੋ ਕੇ ਆਏ ਹਾਂ, ਅਤੇ ਅੱਜ ਵਲੀਮਾ। ਕੈਸਾ ਲੱਗਿਆ ਤੁਹਾਨੂੰ ਗੁਰਦੁਆਰੇ ਜਾ ਕੇ, ਆਪਣੇ ਗੁਰੂਆਂ ਦੀ ਧਰਤੀ ਦੇ ਉੱਤੇ ਜਾ ਕੇ, ਉੱਥੇ ਜਾ ਕੇ ਜੋ ਮੱਥਾ ਟੇਕਿਆ, ਕੋਈ ਸਕੂਨ ਆਇਆ? ਬਹੁਤ ਸਕੂਨ ਆਇਆ ਜੀ, ਉੱਥੇ ਜਾ ਕੇ ਉਹ ਚੀਜ਼ ਬਿਆਨ ਨਹੀਂ ਕੀਤੀ ਜਾ ਸਕਦੀ ਲਫਜ਼ਾਂ ਦੇ ਵਿੱਚ। ਹਾਂ, ਅਤੇ ਸਭ ਤੋਂ ਵੱਡਾ ਜਿਹੜਾ ਅਸੀਂ ਪਾਕਿਸਤਾਨ ਸਰਕਾਰ ਦਾ ਬੜਾ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਉਹ ਪੁਰਾਣੀ ਵਿਰਾਸਤ ਜਿਹੜੀ ਨਾ ਸਾਡੀ, ਉਹ ਸੰਭਾਲ ਕੇ ਰੱਖੀ ਹੈ। ਠੀਕ ਹੈ, ਮਤਲਬ ਕੋਈ ਛੇੜਖਾਨੀ ਨਹੀਂ ਕੀਤੀ ਕਿਸੇ ਚੀਜ਼ ਨਾਲ, ਕੋਈ ਤੋੜ ਫੋੜ ਨਹੀਂ। ਸਾਡੇ ਤਾਂ ਉੱਧਰ ਗੁਰਦੁਆਰੇ ਜਿਹੜੇ ਨੇ ਹੁਣ ਦੁਬਾਰਾ, ਮਤਲਬ ਉਹਨਾਂ ਨੇ ਦੁਬਾਰਾ ਬਣਾਏ ਨੇ, ਅਸਲ ਸ਼ਕਲ ਜਿਹੜੀ ਸੀ ਉਹ ਨਹੀਂ। ਹਾਂ, ਮਤਲਬ ਇੱਥੇ ਇਹਨਾਂ ਦੀ ਇਹ ਬੜੇ ਧੰਨਵਾਦ ਹੈ ਜੀ, ਇਹਨਾਂ ਨੇ ਬਿਲਕੁਲ ਉਹੀ ਸਹੀ ਸ਼ਕਲ ਸੂਰਤ ਪੁਰਾਣੀ ਜਿਹੜੀ ਚੀਜ਼ ਆ ਉਹ ਇਹਨਾਂ ਨੇ ਪੂਰੀ ਤਰ੍ਹਾਂ ਰੱਖੀ ਹੈ। ਸਰਦਾਰ ਸਾਹਿਬ, ਸਾਡੇ ਗੁਜਰਾਂਵਾਲੇ ਦਾ ਮਾਹੌਲ ਕਿਹਾ ਵੇ? ਗੁਜਰਾਂਵਾਲੇ ਦਾ ਕਿਹਾ? ਗੁਜਰਾਂਵਾਲੇ ਆਏ ਹੋ, ਇੱਥੋਂ ਦੇ ਲੋਕ ਕਿਵੇਂ ਦੇ ਨੇ, ਕੋਈ ਪਿਆਰ ਕੀਤਾ ਇਹਨਾਂ ਤੋਂ? ਬੜੇ ਪਿਆਰੇ ਲੋਕ ਨੇ ਗੁਜਰਾਂਵਾਲੇ ਦੇ। ਅੱਛਾ, ਔਰ ਬੜਾ ਪਿਆਰ ਹਰ ਥਾਂ 'ਤੇ ਸਾਨੂੰ, ਮਤਲਬ ਬਹੁਤ ਜ਼ਿਆਦਾ ਪਿਆਰ ਮਿਲਿਆ ਬਾਜ਼ਾਰਾਂ 'ਚ, ਲੋਕ ਜਿੱਥੇ ਵੀ ਮਿਲਦੇ ਨੇ ਬਾਹਾਂ ਖਿਲਾਰ ਕੇ ਜੱਫੀਆਂ ਪਾ ਕੇ ਮਿਲਦੇ ਨੇ। ਦੂਸਰਾ, ਅਸੀਂ ਇੱਥੇ ਇਹ ਗੱਲ ਕਰਾਂਗੇ ਕਿ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਜਿਹੜਾ ਗੁਰਦੁਆਰਾ ਖੁੱਲ੍ਹਿਆ, ਦੋਵਾਂ ਪਾਸੇ ਲਾਂਘਾ ਖੁੱਲ੍ਹਿਆ, ਸਾਡੇ ਵਜ਼ੀਰ ਆਜ਼ਮ ਇਮਰਾਨ ਖਾਨ ਨੇ ਇਹ ਕੰਮ ਕੀਤਾ, ਇਹਨੂੰ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ? ਇਹਦੇ ਬਾਰੇ ਕੋਈ ਤਫਸੀਲ ਨਾਲ ਗੱਲ ਕਰੋ। ਇਸ ਚੀਜ਼ ਬਾਰੇ ਜੀ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਸਾਡੇ ਹਿੰਦੁਸਤਾਨ ਕੀ ਪੂਰੀ ਦੁਨੀਆ ਦੇ ਜਿਹੜੇ ਸਿੱਖ ਨੇ ਤਾਂ ਉਹ ਇਮਰਾਨ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਨੇ। ਠੀਕ ਹੈ, ਪਰ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ। ਠੀਕ ਹੈ, ਸਾਡੇ ਵਿੱਚ, ਮਤਲਬ ਸਾਡੇ ਮਜ਼ਹਬ ਦੇ ਵਿੱਚ ਸਵੇਰੇ ਸੁਬਾਹ ਇੱਕ ਅਰਦਾਸ ਹੁੰਦੀ ਹੈ, ਉਸ ਅਰਦਾਸ ਦੇ ਵਿੱਚ 72 ਸਾਲ ਤੋਂ ਅਰਦਾਸ ਹੋ ਰਹੀ ਹੈ ਕਿ ਸਾਡੇ ਜਿਹੜੇ ਵਿਛੜੇ ਹੋਏ ਗੁਰਧਾਮ ਨੇ ਸਾਨੂੰ ਉਹਨਾਂ ਦੇ ਦਰਸ਼ਨ ਹੋਣੇ ਚਾਹੀਦੇ ਨੇ। ਠੀਕ ਹੈ, ਤਾਂ ਇਹ ਜਿਹੜਾ ਸੁਪਨਾ ਸੀ ਤਾਂ ਇਹ
ਗੁਰੂ ਸਾਡਾ 70 ਸਾਲ ਦਾ 72 ਸਾਲ ਦਾ ਇਮਰਾਨ ਸਾਹਿਬ ਨੇ ਪੂਰਾ ਕੀਤਾ। ਅਸੀਂ ਉਹਨਾਂ ਦੇ ਬੜੇ ਧੰਨਵਾਦੀ ਹਾਂ ਅਤੇ ਇਹਦੇ ਨਾਲ ਅਸੀਂ ਮੋਦੀ ਸਾਹਿਬ ਦੇ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਦੋਵੇਂ ਪਾਸੇ ਤੋਂ ਮਤਲਬ ਦੋਵੇਂ ਸਰਕਾਰਾਂ ਨੇ ਵਡੱਪਣ ਦਿਖਾ ਕੇ ਮਤਲਬ ਇਹ ਜਿਹੜਾ ਰਸਤਾ ਖੋਲਿਆ। ਅਤੇ ਦੂਸਰਾ ਪਾਕਿਸਤਾਨ ਦੇ ਵਿੱਚ ਅਸੀਂ ਸਰਕਾਰਾਂ ਦੀ ਤਾਂ ਗੱਲ ਕਰਦੇ ਨਹੀਂ, ਲੇਕਿਨ ਇੱਕ ਮੀਡੀਆ ਦੇ ਵਿੱਚ ਇੱਕ ਰੁੱਖ ਦਿਖਾਇਆ ਜਾਂਦਾ ਹੈ ਕਿ ਪਾਕਿਸਤਾਨ 'ਚ ਇੰਝ ਸ਼ਿੱਦਤ ਪਸੰਦੀ ਹੈ, ਕੋਈ ਜਾਵੇ ਉਹਨੂੰ ਮਾਰ ਦਿੱਤਾ ਜਾਂਦਾ ਹੈ, ਐਸੀ ਕੋਈ ਚੀਜ਼ ਨਜ਼ਰ ਆਈ ਹੈ ਇੱਥੇ? ਨਹੀਂ, ਐਸੀ ਕੋਈ ਗੱਲ ਨਹੀਂ। ਮੈਂ ਤਾਂ ਹੁਣ ਤੀਜੀ ਵਾਰ ਆਇਆ ਤਾਂ ਸਾਨੂੰ ਤਾਂ ਪਹਿਲੀ ਵਾਰ ਹੀ ਇੰਨਾ ਜ਼ਿਆਦਾ ਨਹੀਂ ਜਨੂਨ ਸੀ, ਪਤਾ ਸੀ ਵੀ ਉੱਥੇ ਕੁਛ ਨਹੀਂ ਹੋਣਾ ਅਤੇ ਹੋਇਆ ਵੀ ਕੁਛ ਨਹੀਂ। ਠੀਕ ਹੈ, ਲੋਕਾਂ ਨੇ ਜਿਹੜਾ ਪਿਆਰ ਦਿਖਾਇਆ, ਲੋਕਾਂ ਨੇ ਜੋ ਸਾਨੂੰ ਆਪਣਾ ਇਹਨਾਂ ਦਾ ਅੱਛਾਪਣ ਵੇਖਿਆ, ਲੋਕ ਬਾਜ਼ਾਰਾਂ 'ਚੋਂ ਲੰਘਣ ਨਹੀਂ ਦਿੰਦੇ, ਬਾਹਾਂ ਖਿਲਾਰ ਲੈਂਦੇ ਨੇ, ਸਰਦਾਰ ਜੀ ਇੱਕ ਜੱਫੀ ਪਾ ਕੇ ਜਾਇਓ। ਠੀਕ ਹੋ ਗਿਆ, ਤਾਂ ਬਸ ਜੱਫੀਆਂ ਹੀ ਵੰਡਦੇ ਹਾਂ ਅਤੇ ਇਹੀ ਇੱਕ ਜੱਫੀ ਜਿਹੜੀ ਸਿੱਧੂ ਸਾਹਿਬ ਨੇ ਪਾਈ ਸੀ ਅਤੇ ਉਹ ਜੱਫੀ ਦਾ ਰਿਜ਼ਲਟ ਦੇਖੋ ਕਿੰਨਾ ਨਿਕਲਿਆ। 14 ਕਰੋੜ ਸਿੱਖ ਨੇ ਜਿਹੜੇ ਉਹਨਾਂ ਨੂੰ ਇੱਕ ਬਹੁਤ ਧੰਨਵਾਦੀ ਨੇ, ਮੌਕਾ ਮਿਲ ਗਿਆ ਈਜ਼ੀਲੀ। ਹਾਂਜੀ ਹਾਂਜੀ, ਤੁਸੀਂ ਦੱਸੋ ਜਨਾਬ ਕਿ ਪਹਿਲੀ ਵਾਰੀ ਆਏ ਹੋ ਜਾਂ ਦੂਸਰੀ ਵਾਰੀ ਆਏ? ਹਾਂਜੀ ਭਾਅ ਜੀ, ਪਹਿਲੀ ਵਾਰ। ਪਹਿਲੀ ਵਾਰੀ ਆਏ, ਥੋੜ੍ਹਾ ਉੱਚੀ ਗੱਲ ਕਰਨੀ ਹੈ, ਕੈਸਾ ਲੱਗਿਆ ਪਾਕਿਸਤਾਨ ਆ ਕੇ ਜਨਾਬ? ਬਹੁਤ ਵਧੀਆ ਜੀ, ਬੜਾ ਸਕੂਨ। ਅੱਛਾ, ਬੜੇ ਅਮਨ ਪਸੰਦ ਲੋਕ ਨੇ, ਪਿਆਰ ਮੁਹੱਬਤ। ਜਿਹੜੀਆਂ ਗੱਲਾਂ ਤੁਸੀਂ ਸੁਣਦੇ ਸੋ ਸੋਸ਼ਲ ਮੀਡੀਆ ਤੇ ਟੀਵੀ ਤੇ, ਕਿੱਥੋਂ ਤਸ਼ਰੀਫ ਕਿੱਥੋਂ ਲਿਆਏ ਤੁਸੀਂ? ਲਖਵਿੰਦਰ ਫਰੋਮ ਪਟਿਆਲਾ ਪੰਜਾਬ। ਲਖਵਿੰਦਰ ਪਟਿਆਲਾ ਪੰਜਾਬ। ਇਹ ਤੁਸੀਂ ਚੀਮੇ ਹੋ, ਘੁੰਮਣ ਹੋ, ਕਿਹੜੇ ਜੱਟ ਹੋ? ਅਸੀਂ ਤਾਂ ਫਿਲਹਾਲ ਤਾਂ ਆਪਾਂ ਇਹੀ ਕਹਿ ਸਕਦੇ, ਆਪਾਂ ਗੁਰੂ ਦੇ ਸਿੱਖ ਹਾਂ। ਗੁਰੂ ਦੇ ਸਿੱਖ ਹਾਂ, ਠੀਕ ਹੋ ਗਿਆ। ਨਹੀਂ, ਉਹ ਗੁਰੂ ਨੇ ਨਿਸ਼ਾਨੀਆਂ ਦਿੱਤੀਆਂ ਨੇ ਨਾ, ਕੋਈ ਚੀਮਾ ਕੋਈ ਜੱਟ ਕੋਈ ਇਸ ਤਰ੍ਹਾਂ? ਬਿਲਕੁਲ ਜੀ, ਠੀਕ ਹੋ ਗਿਆ। ਅੱਛਾ, ਪਹਿਲੀ ਵਾਰੀ ਆਏ ਅਤੇ ਜਦੋਂ ਪਾਕਿਸਤਾਨ ਆਏ ਉਹ ਕੈਸਾ ਲੱਗਿਆ, ਉਹਦੇ ਨਾਲੋਂ ਇੱਥੋਂ ਨਾਲੋਂ ਕੈਸਾ ਲੱਗਿਆ ਤੁਹਾਨੂੰ, ਫਰਕ ਕੋਈ ਕੈਸਾ ਜਿਹੜਾ ਨਾ ਉਹ ਲੱਗਿਆ ਦੋਵਾਂ ਪੰਜਾਬਾਂ ਦਾ? ਬਹੁਤ ਮੁਹੱਬਤ ਹੈ ਜੀ, ਜਿੰਨੀ ਜੀ ਜਿੰਨੀ ਮੁਹੱਬਤ ਇੱਥੇ ਆ, ਸਾਨੂੰ ਮੈਨੂੰ ਨਹੀਂ ਲੱਗਦਾ ਇੰਨੀ ਮੁਹੱਬਤ ਦੂਜੇ ਲੋਕਾਂ 'ਚ ਕਿਤੇ ਹੋਊਗੀ। ਅੱਛਾ, ਆਏ ਹਾਂ ਤਾਂ ਸਿਰਫ ਇੱਕ ਲੱਕੀ ਹੱਦਾਂ ਦੀਆਂ ਲਕੀਰਾਂ ਦਾ ਫਰਕ ਹੈ। ਅੱਛਾ, ਅਦਰਵਾਈਜ਼ ਜੀ ਵੀ ਉਹੀ ਨੇ, ਪਰਿਵਾਰ ਵੀ ਉਹੀ ਨੇ, ਇੱਕ ਰੱਬ ਵੀ ਉਹੀ ਹੈ। ਠੀਕ ਹੈ, ਮੁਹੱਬਤ ਬਹੁਤ ਹੈ, ਪ੍ਰੇਮ ਪਿਆਰ ਵਾਲੇ ਲੋਕ ਨੇ ਬਹੁਤ ਜ਼ਿਆਦਾ ਜੀ। ਜੋ ਸੁਣਿਆ ਸੀ ਜਾਂ ਜੋ ਕੋਈ ਦਿਲ 'ਚ ਕੋਈ ਹੁੰਦਾ ਬੰਦੇ ਦੇ ਬਹਾਮ, ਲੇਕਿਨ ਉਸੀ ਕੋਈ ਚੀਜ਼ ਨਹੀਂ ਨਜ਼ਰ ਆਈ? ਨਹੀਂ, ਕੁਛ ਵੀ ਨਹੀਂ, ਇੰਨਾ ਸਗੋਂ ਜਦੋਂ ਆਏ ਹਾਂ ਇੰਨਾ ਕੁ ਸਾਨੂੰ ਇੱਜ਼ਤ ਮਾਣ ਅਤੇ ਮੁਹੱਬਤ ਮਿਲੀ ਹੈ। ਕਦੇ ਨਹੀਂ ਚਾਹਵਾਂਗੇ ਕਿਸੇ ਹੋਰ ਕੰਟਰੀ ਦਾ ਟੂਰ ਲੱਗੇ, ਤਾਂ ਵਾਹਿਗੁਰੂ ਮਿਹਰ ਕਰੇ, ਹਰ ਸਾਲ ਕੋਸ਼ਿਸ਼ ਕਰਾਂਗੇ ਇੱਕ ਵਾਰ ਤਾਂ ਜ਼ਰੂਰ ਆਇਆ ਜਾਵੇ। ਠੀਕ, ਜਿੰਨੀ ਮੁਹੱਬਤ। ਅਤੇ ਕੈਸਾ ਲੱਗਿਆ ਜਦੋਂ ਰੋੜੀ ਸਾਹਿਬ ਗਏ, ਉਹ ਦਰਸ਼ਨ ਕਰਕੇ ਮੱਥਾ ਟੇਕ ਕੇ ਕੈਸਾ ਮਹਿਸੂਸ ਹੋਇਆ? ਬਹੁਤ ਵਧੀਆ ਜੀ, ਬੜਾ ਸਕੂਨ ਆਇਆ, ਗੁਰੂਆਂ ਦੀ ਧਰਤੀ 'ਤੇ ਆਏ ਹਾਂ, ਪਹਿਲੀ ਵਾਰ ਆਏ ਹਾਂ, ਅਤੇ ਲੋਕਾਂ ਦਾ ਪਿਆਰ ਮੁਹੱਬਤ ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ, ਕਹਿ ਨਹੀਂ ਸਕਦੇ ਲਫਜ਼ਾਂ 'ਚ ਬਿਆਨ ਨਹੀਂ। ਜੀ ਚੋਈ ਸਾਹਿਬ, ਤੁਹਾਡਾ ਪੂਰਾ ਨਾਮ ਕੀ ਹੈ ਜੀ? ਜੀ, ਮੇਰਾ ਨਾਮ ਨਈਮੁਰ ਰਹਿਮਾਨ ਖੋਖਰ ਹੈ, ਖੋਖਰ ਹੈ, ਅਤੇ ਪੂਰਨਪੁਰ ਸਾਡਾ ਪਿੰਡ ਹੈ, ਕਾਮੋਕੀ ਦੇ ਨਾਲ ਰਿਹਾਇਸ਼ ਮੇਰੀ ਖਿਆਲੀ ਹੈ। ਠੀਕ ਹੈ, ਹੁਣ ਇਹ ਅਰਬਨ ਏਰੀਆ ਹੈ, ਪਹਿਲੇ ਪਿੰਡ ਸੀ ਖਿਆਲੀ, ਇਹ ਨਾਨਕਾ ਪਿੰਡ ਹੈ ਸਾਡਾ, ਇਹ ਦਾਦਕਾ ਪਿੰਡ ਸਾਡਾ ਪੂਰਨਪੁਰ ਕਾਮੋਗੀ ਦੇ ਨਾਲ ਹੈ, ਡਿਸਟ੍ਰਿਕਟ ਗੁਜਰਾਂ ਦੇ ਵਿੱਚ, ਤੇ ਰੋੜੀ ਸਾਹਿਬ ਇਹਨਾਂ ਦੇ ਕਰੀਬ ਹੀ ਆ ਜਾਂਦਾ। ਤੁਹਾਡੇ ਬੱਚੇ ਦੀ ਸ਼ਾਦੀ ਤੇ ਮਹਿਮਾਨ ਆਏ ਨੇ ਪੰਜਾਬ ਤੋਂ ਸਾਰੇ ਆ ਜੀ? ਅਲਹਮਦੁਲਿਲਾ, ਮਿਹਰਬਾਨੀ ਇਹਨਾਂ ਦੀ ਮੁਹੱਬਤ ਹੈ, ਪਰਮਜੀਤ ਹੈ ਸਾਡਾ ਭਤੀਜਾ ਤੇ ਬੜਾ ਪਿਆਰਾ ਭਤੀਜਾ ਹੈ, ਇੱਕ ਦੂਸਰਾ ਭਤੀਜਾ ਸੀ ਸਾਡਾ ਬੜਾ ਪਿਆਰਾ ਸੁਖਵਿੰਦਰ, ਉਹ ਨਹੀਂ ਆ ਸਕਿਆ, ਇੱਕ ਸਾਡਾ ਭਰਾ ਜੱਸਾ ਸਿੰਘ, ਉਹਨਾਂ ਦੀ ਮਜਬੂਰੀ ਬਣ ਗਈ, ਭੂਮ ਦੀ ਬਾਸਕਾਤ ਨਹੀਂ ਆ ਸਕੇ। ਕਿਵੇਂ ਦਾ ਲੱਗ ਰਿਹਾ ਤੁਹਾਡੇ ਇੰਨੇ ਪ੍ਰਾਹੁਣੇ ਤੁਹਾਡੇ ਪੰਜਾਬ ਤੋਂ ਆਏ ਨੇ, ਤੁਹਾਨੂੰ ਕਿਵੇਂ ਦਾ ਫੀਲ ਹੋ ਰਿਹਾ ਅਤੇ ਇਹਨਾਂ ਨੇ ਕੈਸਾ ਮਹਿਸੂਸ ਕੀਤਾ ਇੱਥੇ ਆ ਕੇ, ਤੁਹਾਨੂੰ ਤਾਂ ਕੋਈ ਦੱਸਿਆ ਹੋਣਾ ਇਹਨਾਂ ਨੂੰ ਗੱਲਾਂ ਬਾਤਾਂ ਸ਼ੇਅਰ ਕੀਤੀਆਂ? ਵੇਖੋ ਜੀ, ਗੱਲ ਇਹ ਵੇ ਇਹਨਾਂ ਦਾ ਆਉਣਾ ਸਾਡੇ ਵਾਸਤੇ ਬਾਇਸ ਫਖਰ ਹੈ, ਸਾਡੇ ਕੋਲ ਤਸ਼ਰੀਫ ਲਿਆਏ ਨੇ, ਇਹਨਾਂ ਨੇ ਇਹ ਦੱਸਿਆ ਹੈ ਕਿ ਤੁਸੀਂ ਵਾਕਈ ਸਾਡੇ ਵੱਡੇ ਹੋ, ਅਤੇ ਇਹ ਇਹਨਾਂ ਦੀ ਮੁਹੱਬਤ ਹੈ, ਇਹਨਾਂ ਦੀ ਮਿਹਰਬਾਨੀ ਹੈ, ਤੇ ਇਹਨਾਂ ਦੀ ਜਿਹੜੀ ਅਸੀਂ ਖੁਸ਼ੀ ਦੀ ਬਿਆਨ ਲਫ਼ਜ਼ਾਂ ਹੀ ਨਹੀਂ ਕਰ ਸਕਦੇ। ਇੰਨੀ ਖੁਸ਼ੀ ਹੋਈ ਹੈ ਕਿ ਤੁਹਾਡੀ ਖੁਸ਼ੀ ਦੋਹਰੀ ਹੋ ਗਈ ਹੈ, ਇੱਕ ਬੱਚੇ ਦੀ ਸ਼ਾਦੀ ਦੀ ਤੇ ਦੂਜੇ ਆਪਣੇ ਪਤਰੀਆਂ ਦੇ ਭਤੀਜਿਆਂ ਦੀ ਤੇ ਪੋਤਰਿਆਂ ਦੇ, ਉਹ ਸਾਰੇ ਪੋਤਰੇ ਬੈਠੇ ਨੇ, ਬਾਕੀ ਸਾਰੇ ਮੇਰੇ ਪੋਤਰੇ ਨੇ। ਠੀਕ ਹੈ, ਅੱਛਾ, ਇਹ ਭਤੀਜੇ ਨੇ, ਬਾਕੀ ਸਾਰੇ ਪੋਤਰੇ, ਇੱਕ ਉਹ ਭਤੀਜਾ ਮੇਰਾ ਵਿਰਕ ਬੈਠਾ ਹੈ। ਠੀਕ ਹੋ ਗਿਆ, ਠੀਕ ਹੈ ਜੀ, ਬਾਕੀ ਸਾਰੇ ਪੋਤਰੇ ਨੇ, ਇਹਨਾਂ ਨੂੰ ਅੱਲਾਹ ਤਾਲਾ ਖੁਸ਼ ਰੱਖੇ ਤੇ ਬਹੁਤ ਮਜ਼ਾ ਆ ਰਿਹਾ, ਔਰ ਸਾਰੇ ਜਿੰਨੇ ਨੇ ਪੂਰੇ ਇਲਾਕੇ ਦੇ ਉਹ ਇਹਨਾਂ ਦੇ ਦਰਸ਼ਨ ਜਿਹਨੂੰ ਆਖਦੇ ਨੇ, ਉਹ ਦਰਸ਼ਨ ਪੈ ਕਰਦੇ ਨੇ ਔਰ ਬੜੇ ਖੁਸ਼ ਹੋ ਰਹੇ ਨੇ, ਔਰ ਉਮੀਦ ਅੱਲਾਹ ਦੇ ਘਰ ਦੀ ਕਿ ਸਾਡੇ ਤੇ ਖੁਸ਼ ਹੋ ਕੇ ਗੋਡੇ ਗੋਡੇ ਰਾਜ਼ੀ ਹੋ ਕੇ ਜਾਣਦੇ, ਕਿਉਂਕਿ ਇਹਨਾਂ ਨੇ ਤੁਹਾਡੇ ਵਿਆਹ ਦਾ ਵੀ ਸਾਰੀ ਸ਼ਿਰਕਤ ਕਰ ਲਈ ਤੇ ਆਪਣੇ ਗੁਰੂਆਂ ਦੀ ਧਰਤੀ ਜੀ ਧਰਤੀ ਆ, ਬਿਲਕੁਲ ਦੇਖ ਰਹੇ ਨੇ ਆਪਣੀ ਇਬਾਦਤ ਜੀ, ਬਿਲਕੁਲ ਪਾਠ ਸਾਰਾ ਕੰਮ ਕਰ ਰਹੇ ਜੀ, ਬਿਲਕੁਲ ਇਸੇ ਤਰ੍ਹਾਂ, ਬਿਲਕੁਲ ਇਸੇ ਤਰ੍ਹਾਂ।
ਤੇ ਉਮੀਦ ਤੇ ਹੈ ਕਿ ਹਮੇਸ਼ਾ ਹੀ ਇਹ ਤਲਕ ਕਾਇਮ ਰਹੇਗਾ ਸਾਡਾ ਇਹਨਾਂ ਦਾ ਤੇ ਗਮੀਆਂ ਖੁਸ਼ੀਆਂ ਸਾਡੀਆਂ ਸਾਂਝੀਆਂ ਨੇ ਇੱਕੋ ਹੀ ਪੰਜਾਬ ਇੱਕ ਹੀ ਹੈ ਇੱਕੋ ਤਰ੍ਹਾਂ ਦੇ ਬਿਲਕੁਲ ਇਸ ਤਰ੍ਹਾਂ ਬਿਲਕੁਲ ਇਸ ਤਰ੍ਹਾਂ ਬਿਲਕੁਲ ਅਲਹਮਦੁਲਿਲਾ ਜੀ ਮਿਹਰਬਾਨੀ ਇਹਨਾਂ ਦੀ ਬਹੁਤ ਜ਼ਰਾ ਨਵਾਜ਼ੀ ਹੈ ਤੇ ਇਹ ਇਹਨਾਂ ਦੀ ਜ਼ਬਾਨ ਵਿੱਚ ਬੋਲਤੀਆਂ ਨੇ ਧੰਨ ਪ੍ਰਵਾਦ ਕੀ ਆ ਧੰਨਵਾਦ ਧੰਨ ਭਾਗ ਨੇ ਇਹਨਾਂ ਦੇ ਤੇ ਜੀ ਇਹ ਚੀਜ਼ ਹੈ ਜੀ ਠੀਕ ਹੈ ਬਹੁਤ ਮੇਰੇ ਤੇ ਮੇਰੇ ਵੱਡੇ ਭਾਈ ਮੁਹੰਮਦ ਆਸ਼ਕ ਨੇ ਹਾਂਜੀ ਉਹਨਾਂ ਨਾਲ ਵੀ ਕਰਨੇ ਗੱਲ ਵੱਡੇ ਭਾਈ ਇਹ ਜਿਹੜੇ ਮੇਰੇ ਵੱਡੇ ਭਾਈ ਮੁਹੰਮਦ ਆਸ਼ਕ ਨੇ ਇਹ ਸਾਡਾ ਜਿਹੜਾ ਨਾ ਆਗੂ ਨੇ ਅਸੀਂ ਇਹਨਾਂ ਤੋਂ ਬਗੈਰ ਨਾ ਟੁਰ ਸਕਨੇ ਆ ਨਾ ਹਿੱਲ ਸਕਨੇ ਆ ਇਹ ਸਾਰਾ ਬਾਦ ਪਰਿਵਾਰ ਇਹਨਾਂ ਦਾ ਇਕੱਠਾ ਕੀਤਾ ਸਾਡੇ ਕੋਲ ਆਇਆ ਜੀ ਇੰਜੀ ਗੱਲ ਜੀ ਸ਼ੁਕਰੀਆ ਜਨਾਬ ਜੀ ਬਹੁਤ ਬਹੁਤ ਮਿਹਰਬਾਨੀ ਜੀ ਅੱਲਾਹ ਹਾਫਿਜ਼ ਪਿੰਡਾਂ ਦੇ ਚੜਤਾ ਅੱਛਾ ਹਾਂਜੀ ਜਿਹੜਾ ਸਾਡਾ ਇੱਥੇ ਪਾਕਿਸਤਾਨ ਆਉਣ ਦਾ ਸਬੱਬ ਬਣਿਆ ਹਾਂਜੀ ਤਾਂ ਮੇਰੇ ਛੋਟੇ ਵੀਰ ਨੇ ਸਰਦਾਰ ਸੁਖਿੰਦਰ ਸਿੰਘ ਵਿਰਕ ਤੇ ਉਹਨਾਂ ਦੀ ਬਦੌਲਤ ਇੱਥੇ ਆਏ ਹਾਂ ਤੇ ਸਾਡੇ ਚਾਚਾ ਜੀ ਗੁਰੜ ਤੋਂ ਮੁਹੰਮਦ ਆਸ਼ਕ ਗੁੰਦਲ ਸਾਹਿਬ ਤਾਂ ਇਹ ਉੱਥੇ ਇੰਡੀਆ ਸਾਡੇ ਕੋਲ ਗਏ ਸੀ ਇਹਨਾਂ ਨੂੰ ਮਿਲਣ ਆਏ ਤਾਂ ਬਸ ਮਿਲੇ ਕਾਹਦੇ ਇਹਨਾਂ ਦੇ ਹੀ ਹੋ ਕੇ ਰਹਿ ਗਏ ਠੀਕ ਹੈ ਜੀ ਤਾਂ ਚਾਚਾ ਜੀ ਦੇ ਤਾਂ ਹੁਣ ਸਾਨੂੰ ਮਹਿਸੂਸ ਹੁੰਦਾ ਵੀ ਜਿਵੇਂ ਇੱਕ ਸਾਡਾ ਪਿਓ ਪਾਕਿਸਤਾਨ ਦੇ ਵਿੱਚ ਬੈਠਾ ਹਾਂਜੀ ਪੰਜਾਬ 'ਚ ਬੈਠੇ ਨੇ ਅਤੇ ਇਹ ਗੱਲ ਇਹ ਮਤਲਬ ਕਦੀ ਮਹਿਸੂਸ ਹੀ ਨਹੀਂ ਹੋਇਆ ਮਤਲਬ ਜਦੋਂ ਆਉਂਦੇ ਹਾਂ ਆਪਣੇ ਪਰਿਵਾਰ ਵਾਂਗੂ ਅਤੇ ਖੋਖਰ ਸਾਹਿਬ ਨੇ ਜੀ ਇਹਨਾਂ ਨੇ ਵੀ ਬੜਾ ਆਪਣੇ ਪਿਆਰ ਮਾਨ ਦਿੱਤਾ ਪਿਆਰ ਮਾਨ ਸਤਿਕਾਰ ਬੜਾ ਦਿੱਤਾ ਜੀ ਅਤੇ ਇਹ ਸਾਰੀ ਜਿਹੜੀ ਟੀਮ ਬੈਠੀ ਹੈ ਜੀ ਤਾਂ ਇਹ ਸਾਰੀ ਸੁਖਵਿੰਦਰ ਸਿੰਘ ਵਿਰਕ ਦੀ ਬਦੌਲਤ ਅਤੇ ਚਾਚਾ ਜੀ ਸਾਡੇ ਆਸ਼ਕ ਗੁੰਦਲ ਜੀ ਮਤਲਬ ਇਹਨਾਂ ਦੀ ਬਦੌਲਤ ਇਹ ਸਾਰੇ ਲੋਕ ਅੱਜ ਇੱਥੇ ਬੈਠੇ ਨੇ ਅਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੇ ਸਾਡੇ ਨਾਲ ਪਹਿਲੀ ਵਾਰ ਆਏ ਨੇ ਤਾਂ ਇੱਕ ਦਿਨ ਪਹਿਲਾਂ ਅੰਮ੍ਰਿਤਸਰ ਆ ਗਏ ਸੀ ਅਤੇ ਰਾਤ ਨੂੰ 2 ਵਜੇ ਸਾਨੂੰ ਫੋਨ ਕਰ ਰਹੇ ਸੀ ਵੀ ਇੰਨੀ ਐਕਸਾਈਟਮੈਂਟ ਹੈ ਵੀ ਸਾਨੂੰ ਨੀਂਦ ਨਹੀਂ ਆ ਰਹੀ ਅਸੀਂ ਆਖਿਆ ਵੀ ਤੁਸੀਂ ਸੌਂ ਜਾਓ ਚੰਗੇ ਰਹੋਗੇ ਕਿਉਂਕਿ ਉਹਨਾਂ ਨੇ ਤੁਹਾਨੂੰ ਸੌਣ ਨਹੀਂ ਦੇਣਾ ਮੁੜ ਕੇ ਜਾ ਕੇ ਹਾਂ ਹਾਂ ਬਸ ਇੰਨਾ ਕੁ ਪਿਆਰ ਹੈ ਲੋਕਾਂ ਦਾ ਕਿ ਰਾਤ ਨੂੰ 1:30-2 ਵੱਜ ਜਾਂਦਾ ਜੀ ਲੋਕਾਂ ਦਾ ਆਉਂਦੇ ਨੇ ਜਾਂਦੇ ਨੇ ਮਿਲਦੇ ਨੇ ਗੱਲਾਂ ਬਾਤਾਂ ਹੁੰਦੀਆਂ ਨੇ ਆਪਣੇ ਪਿੰਡਾਂ ਦੇ ਵੀ ਪੁੱਛਦੇ ਨੇ ਜਿਹੜੇ ਇੱਧਰ ਮਾਜਰ ਆਏ ਨੇ ਉਹ ਵੀ ਪੁੱਛਦੇ ਨੇ ਕਿ ਸਾਡਾ ਪਿੰਡ ਹਾਂਜੀ ਉਹ ਵੀ ਪੁੱਛਦੇ ਨੇ ਹੁਣ ਤੇ ਹੁਣ ਅਸੀਂ ਜ਼ਿਆਰਤਾਂ ਕਰਨੀਆਂ ਸਾਡੇ ਕੋਲ ਨਨਕਾਣਾ ਸਾਹਿਬ ਦਾ ਵੀਜ਼ਾ ਹੈ ਅੱਛਾ ਨਨਕਾਣਾ ਸਾਹਿਬ ਜਾਓਗੇ ਤੇ ਹਾਂਜੀ ਕਰਤਾਰਪੁਰ ਸਾਹਿਬ ਦਾ ਵੀਜ਼ਾ ਵੀ ਹੈ ਸਾਡੇ ਕੋਲ ਵਾਹ ਜੀ ਤੇ ਅਸੀਂ ਇਧਰੋਂ ਹਾਂਜੀ ਦੋਵੇਂ ਮਜ਼ੇ ਲੈ ਰਹੇ ਹੋ ਹਾਂਜੀ ਹਾਂਜੀ ਬਿਲਕੁਲ ਜੀ ਗੁਰੂ ਦਰਸ਼ਨਾਂ ਦੇ ਜੀ ਦਰਸ਼ਨਾਂ ਦੇ ਵੀ ਠੀਕ ਹੋ ਗਏ ਤੇ ਬਹੁਤ ਖੁਸ਼ੀ ਹੈ ਜੀ ਇਸ ਚੀਜ਼ ਦੀ ਬੜਾ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਤੇ ਅਸੀਂ ਕਹਿੰਦੇ ਹਾਂ ਵੀ ਪਰਮਾਤਮਾ ਕਰੇ ਸਭ ਸਰਹੱਦਾਂ ਖੁੱਲ੍ਹ ਜਾਣ ਦੂਰੀਆਂ ਮਿਟ ਜਾਣ ਉੱਧਰ ਦੇ ਲੋਕ ਇੱਧਰ ਆਉਣ ਤੇ ਭਰਾਵਾਂ ਵਾਂਗੂ ਪਿਆਰ ਹੋਵੇ ਤੇ ਕੋਈ ਲੜਾਈ ਝਗੜਾ ਨਾ ਰਹੇ ਅਮਨ ਕਾਇਮ ਹੋ ਜਾਵੇ ਸਾਰੇ ਪਾਸੇ ਤੇ ਉਹਦੇ ਵਿੱਚ ਹੀ ਖੁਸ਼ੀ ਹੈ ਜੀ ਸਾਰਿਆਂ ਦੀ ਠੀਕ ਹੈ ਮਿਹਰਬਾਨੀ ਠੀਕ ਹੈ ਜੀ ਸਾਡੇ ਨਾਲ ਚੌਧਰੀ ਆਸ਼ਕ ਗੁੰਦਲ ਸਾਹਿਬ ਮੌਜੂਦ ਨੇ ਅਸੀਂ ਉਹਨਾਂ ਕੋਲ ਪੁੱਛਾਂਗੇ ਜੀ ਤੁਹਾਡੇ ਪ੍ਰਾਹੁਣੇ ਪੰਜਾਬ 'ਚੋਂ ਆਏ ਨੇ ਕਿੱਥੋਂ ਆਏ ਨੇ ਕਿਵੇਂ ਆਏ ਨੇ ਅਤੇ ਕਿਵੇਂ ਤੁਸੀਂ ਰੱਖਿਆ ਕਿਵੇਂ ਪਿਆਰ ਪ੍ਰੇਮ ਕੀਤੀ ਹੈ ਇਹਦੇ ਬਾਰੇ ਤੁਹਾਡੇ ਨਾਲ ਗੱਲ ਕਰੋ ਜੀ ਇਹ ਤੇ ਪ੍ਰਾਹੁਣੇ ਸਾਡੇ ਜਿਹੜੇ ਨਾ ਇਹਨੇ ਇਹ ਹੀ ਇਹਨਾਂ ਦੀ ਧਰਤੀ ਜੇ ਇਹ ਹੀ ਇਹਨਾਂ ਦਾ ਮੁਲਕ ਬਾਦਲ ਨਸੀਬੀ ਸੀ ਕੋਈ ਵਕਤ ਸੀ ਕਿ ਜਦੋਂ ਇੱਥੇ ਚਲੇ ਗਏ ਟਾਈਮ ਪੈੜਾ ਜੀ ਹਾਂ ਠੀਕ ਹੈ ਸਾਡੇ ਜਿਹੜੇ ਬਜ਼ੁਰਗ ਨੇ ਜੀ ਉਹਨਾਂ ਦੀਆਂ ਦੱਸੀਆਂ ਹੀ ਗੱਲਾਂ ਕਿਉਂਕਿ ਅਸੀਂ ਤਾਂ ਉਸ ਵੇਲੇ ਪੈਦਾ ਹੀ ਨਹੀਂ ਸਾਂ ਹੋਏ ਠੀਕ ਹੈ ਸਾਡਿਆਂ ਬਜ਼ੁਰਗਾਂ ਦੀਆਂ ਅਤੇ ਇਹਨਾਂ ਦੇ ਨਾਲ ਜਿਹੜੇ ਕੋਈ ਮੇਲ ਮਿਲਾਪ ਉਹਨਾਂ ਦੇ ਹੀ ਸਨ ਉਹ ਦੱਸਦੇ ਸਨ ਕਿ ਅੱਛੇ ਲੋਕ ਸਨ ਠੀਕ ਹੈ ਔਰ ਸਾਨੂੰ ਇਹ ਬੜਾ ਪ੍ਰੋਬਲਮ ਸੀ ਕਿ ਐਡੇ ਅੱਛੇ ਬੰਦੇ ਨੇ ਅਤੇ ਕਿਉਂ ਇੱਥੋਂ ਚਲੇ ਗਏ ਅਤੇ ਫਿਰ ਜਿਹੜੇ ਚਲੇ ਗਏ ਨੇ ਅਤੇ ਜੋ ਦੱਸਿਆ ਗਿਆ ਕਿ ਇੱਥੇ ਕਤਲੋ ਗਰਤ ਜਿਹੜੀ ਉਹ ਬਹੁਤ ਹੋਈ ਹੋਈ ਚੰਦ ਇਹ ਦੋ ਇੰਝ ਹੀ ਇੱਕ ਜਿਵੇਂ ਇਹ ਦੋ ਭਰਾ ਸਨ ਇੱਕ ਭਰਾ ਜਿਹੜਾ ਉਹ ਇੱਥੇ ਰਹਿ ਗਿਆ ਦੂਸਰਾ ਭਰਾ ਜਿਹੜਾ ਉਹ ਉੱਥੇ ਚਲਾ ਗਿਆ ਚਲਾ ਗਿਆ ਦੁੱਖ ਦੀ ਗੱਲ ਇਹ ਵੇ ਕਿ ਜਿਹੜੇ ਇੱਥੋਂ ਵਾਲੇ ਭਰਾ ਸਨ ਉਹਨਾਂ ਨੇ ਇਹਨਾਂ ਨੂੰ ਕਿਉਂ ਮਾਰਿਆ ਠੀਕ ਹੈ ਤੇ ਜਿਹੜੇ ਇਹ ਸਨ ਇਹਨਾਂ ਨੇ ਉਹਨਾਂ ਨੂੰ ਕਿਉਂ ਮਾਰਿਆ ਬਹਰਹਾਲ ਅਸੀਂ ਇਹਨਾਂ ਨੂੰ ਦੋਸ਼ੀ ਇਸ ਵਾਸਤੇ ਨਹੀਂ ਠਲਾਉਂਦੇ ਕਿ ਇਹਨਾਂ ਨਾਲ ਬੜੀ ਜ਼ਿਆਦਤੀ ਹੋਈ ਠੀਕ ਹੈ ਆਪਣੇ ਘਰ ਬਾਰ ਆਪਣੀਆਂ ਜਾਇਦਾਦਾਂ ਛੱਡ ਕੇ ਬਾਲ ਬੱਚਾ ਮਰਵਾ ਕੇ ਅਤੇ ਉਹ ਪਰਦੇਸੀ ਹੋ ਗਏ ਇੱਥੇ ਜਿਹੜੇ ਕੋਈ ਮਰ ਵੀ ਜੇ ਗਏ ਸਨ ਤਾਂ ਉਹ ਲੋਕਲ ਤਾਂ ਰਹਿਣ ਠੀਕ ਹੈ ਉਹਨਾਂ ਨੂੰ ਤਾਂ ਕੋਈ ਟੈਨਸ਼ਨ ਨਾ ਆਈ ਇਸ ਵਾਸਤੇ ਮੈਂ ਤਾਂ ਹਮੇਸ਼ਾ ਤੋਂ ਹੀ ਇਸ ਕੌਮ ਕੋਲੋਂ ਮਾਜ਼ਰਤ ਕਰਨਾ ਔਰ ਮਾਫ਼ੀ ਦਾ ਤਲਬਗਾਰ ਹਾਂ ਕਿ ਯਾਰ ਤੁਹਾਡੇ ਕੋਲੋਂ ਅਗਰ ਕਿਸੇ ਸਾਡੇ ਵੱਡੇ ਵਡੇਰੇ ਦੀ ਗੁਸਤਾਖੀ ਹੋ ਗਈ ਇਸ ਪੰਜਾਬ ਦੇ ਲੋਕਾਂ 'ਚੋਂ ਕਿਸੇ ਜਗ੍ਹਾ ਦੀ ਵੀ ਅਤੇ ਤੁਸੀਂ ਨਾ ਸਾਡੇ ਉਹ ਮਾਜ਼ਰਤ ਕਬੂਲ ਕਰੋ ਸਾਡੀ ਅਤੇ ਅਸੀਂ ਤੁਹਾਡੇ ਭਾਈ ਹਾਂ ਤੁਸੀਂ ਜਦੋਂ ਵੀ ਆਓ
ਅਸੀਂ ਇੰਝ ਹੀ ਤੁਹਾਨੂੰ ਦੱਸਾਂਗੇ ਕਿ ਤੁਹਾਡਾ ਆਪਣਾ ਹੀ ਕਬੀਲਾ ਆਪਣਾ ਹੀ ਖਾਨਦਾਨ ਤੁਹਾਨੂੰ ਜੀ ਹਾਂ। ਔਰ ਇਨਸ਼ਾਅੱਲਾ ਕੋਸ਼ਿਸ਼ ਕਰਨੇ ਆ ਕਿਉਂਕਿ ਬਚਪਨ ਹੀ ਸੁਣਦੇ ਰਹੇ ਹਾਂ ਕਿ ਹਿੰਦੁਸਤਾਨ ਮੇਰਾ ਜਿਹੜਾ ਮਿਸ਼ਨ ਸੀ ਉਹ ਇਹ ਸੀ ਕਿ ਜਿਹੜੇ ਲੋਕ ਹਿੰਦੁਸਤਾਨ 'ਚ ਰਹਿੰਦੇ ਨੇ ਉਹ ਕਿਉਂ ਸਾਨੂੰ ਬੁਰਾ ਆਉਂਦੇ ਨੇ। ਹਾਂ ਠੀਕ ਹੈ। ਔਰ ਮੇਰੀ ਬੜੀ ਇਹ ਕੋਸ਼ਿਸ਼ ਸੀ ਜਿਹਦੀ ਵਜ੍ਹਾ ਤੋਂ ਮੈਂ ਇਸ ਪੰਜਾਬ 'ਚ ਜਾਣ ਆਉਣ ਦਾ ਸਿਸਟਮ ਬਣਾਇਆ। ਕੁਝ ਮੇਰੀ ਜ਼ਰੂਰਤਾਂ ਵੀ ਸਨ ਕਿ ਉੱਥੇ ਦਿੱਲੀ 'ਚ ਜਾਣਾ ਮੈਨੂੰ ਪੈਂਦਾ ਸੀ। ਇਹ ਜਿਹੜੇ ਮਰੀਜ਼ ਨੇ ਜਿਨ੍ਹਾਂ ਦੇ ਜਿਗਰ ਪਲਾਂਟ ਹੁੰਦੇ ਨੇ ਜੀ ਹਾਂ, ਇਹਨਾਂ ਨੂੰ ਮੈਂ ਲੈ ਕੇ ਜਾਂਦਾ ਹਾਂ। ਉੱਥੇ ਵੀ ਕਾਫੀ ਲੋਕ ਮੇਰੇ ਦੋਸਤ ਬਣੇ, ਬਲਕਿ ਇਹਨਾਂ ਦੇ ਮੇਰੇ 'ਤੇ ਬੜੇ ਅਹਿਸਾਨ ਨੇ ਕਿ ਉੱਥੇ ਜਿਸ ਵੇਲੇ ਜ਼ਰੂਰਤ ਮਹਿਸੂਸ ਹੁੰਦੀ ਸੀ ਖੂਨ ਦੀ, ਅਤੇ ਫਿਰ ਇਹ ਮੈਨੂੰ ਆਣ ਕੇ 20-25 ਲੜਕੇ ਉੱਥੇ ਆਉਂਦੇ ਹਨ ਅਤੇ ਸਾਨੂੰ ਉੱਥੇ ਖੂਨ ਮੁਹੱਈਆ ਕਰ ਦੇਣਾ। ਉਸ ਵਜ੍ਹਾ ਤੋਂ ਮੈਂ ਤਾਂ ਫਿਰ ਵੀ ਇਹਨਾਂ ਦਾ ਬੜਾ ਅਹਿਸਾਨ ਮੰਨਦਾ। ਔਰ ਇਹ ਅਸੀਂ ਖੁਸ਼ਕਿਸਮਤੀ ਸਮਝਦੇ ਹਾਂ ਕਿ ਸਾਡੀਆਂ ਸ਼ਾਦੀਆਂ ਸ਼ੁਦੀਆਂ 'ਤੇ ਇਹਨਾਂ ਨੂੰ ਤੰਗ ਕਰੀਏ ਅਤੇ ਇਹ ਆ ਜਾਂਦੇ ਨੇ। ਇਹਨਾਂ ਦੇ ਉਹ ਦੱਸਿਆ ਕਿ ਪਰਮਜੀਤ ਸਿੰਘ ਵਿਰਕ ਨੇ, ਇਹ ਵਿਰਕ ਸਾਹਿਬ ਜਿਹੜੇ ਨੇ ਨਾ, ਇਹ ਸ਼ੇਖਪੁਰੇ ਦੇ ਵਿੱਚ ਕਾਲੋ ਕੀ ਪਿੰਡ, ਇਹ ਉੱਥੋਂ ਤਸ਼ਰੀਫ ਲਿਆਏ ਨੇ, ਇਹ ਦੋ ਭਾਈ ਨੇ। ਬਾਕੀ ਦੂਸਰੇ ਜਿਹੜੇ ਨੇ ਸਾਰੇ ਤਹਿਸੀਲ ਨੌਸ਼ਹਿਰਾ ਦੇ ਇਰਦ ਗਿਰਦ ਇਹਨਾਂ ਦੇ ਪਿੰਡ ਨੇ, ਪੁਰਾਣੇ ਪਿੰਡ ਜੀ ਹਾਂ ਜੀ ਹਾਂ ਜੀ ਹਾਂ। ਤੁਸੀਂ ਉੱਥੇ ਇੰਡੀਆ ਦੇ ਵਿੱਚ ਕਿਹੜੀ ਜਗ੍ਹਾ 'ਤੇ ਜਾਂਦੇ ਹੋ ਪੰਜਾਬ 'ਚ ਜੇ ਜਾਂਦੇ ਹੋ? ਜੀ ਮੈਂ ਜੇ ਪੰਜਾਬ 'ਚ ਜਾਵਾਂ ਤਾਂ ਮੇਰੇ ਉੱਥੇ ਬਹੁਤ ਸਾਰੇ ਟਿਕਾਣੇ ਨੇ। ਬਹਰਹਾਲ ਮੇਰਾ ਉੱਥੇ ਬੇਟਾ ਜਿਹੜਾ ਮੂੰਹ ਬੋਲਾ ਬੇਟਾ ਨਾ, ਉਹ ਸਰਦਾਰ ਸੁਖਵਿੰਦਰ ਸਿੰਘ ਵਿਰਕ, ਉਹ ਪਿੱਛੋਂ ਇੱਥੋਂ ਗਏ ਨੇ ਰਾਜੇ ਤਮੌਲੀ ਤੋਂ। ਉਹਦੇ ਨਾਲ ਮੇਰਾ ਵਾਕਈ ਉਹ ਮੈਨੂੰ ਬਾਪ ਹੀ ਸਮਝਦਾ ਅਤੇ ਮੈਂ ਵੀ ਉਹਨੂੰ ਆਪਣਾ ਬੇਟਾ ਹੀ ਸਮਝਣਾ। ਬਾਕੀ ਵੀ ਦੂਜੇ ਜਿੰਨੇ ਹੈ ਸਾਰੇ ਮੇਰਾ ਪਿਆਰ ਇੰਨਾ ਕਰਦੇ ਨੇ ਕਿ ਹੁਣ ਕਿਸੇ ਦਾ ਮੈਂ ਦਾਦਾ ਵਾਂ ਅਤੇ ਕਿਸੇ ਦਾ ਮੈਂ ਅੱਬਾ ਵਾਂ ਅਤੇ ਕਿਸੇ ਦਾ ਚਾਚਾ ਵਾਂ। ਬੜੀ ਰਿਸ਼ਤੇਦਾਰੀ ਤੁਹਾਡੀ ਪੰਜਾਬ? ਜੀ 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 ਬਹੁਤ ਜ਼ਿਆਦਾ ਜੀ। ਉੱਥੇ ਅੱਛੇ ਅੱਛੇ ਲੋਕ ਜਿਹੜੇ ਪੋਲੀਟੀਕਲ ਹਨ ਨਾ ਜੀ, ਉਹਨਾਂ ਨਾਲ ਵੀ ਮੇਰੇ ਉਹ ਮੇਰਾ ਅੱਛਾ ਇਹਤਰਾਮ ਕਰਦੇ ਨੇ। ਬਰਲ ਮੈਨੂੰ ਉੱਥੇ ਜਾਵਾਂ ਅਤੇ ਕਿਸੇ ਕਿਸਮ ਦੀ ਕਦੀ ਕੋਈ ਟੈਨਸ਼ਨ ਨਹੀਂ ਆਈ। ਇਹ ਸਮਝਦੇ ਹਾਂ ਕਿ ਤੁਸੀਂ ਚਾਹੁੰਦੇ ਹੋ ਕਿ ਪ੍ਰੇਮ ਪਿਆਰ ਵਧੇ, ਵਧੇ, ਪਿਛਲੀਆਂ ਗੱਲਾਂ ਜਿਹੜੀਆਂ ਉਹ ਖਤਮ ਹੋਣ। ਜੀ ਬਿਲਕੁਲ, ਬਹਿਸੀਅਤ ਇਨਸਾਨ ਮੁਹੱਬਤ ਨੂੰ ਅੱਗੇ ਲੈ ਕੇ ਚੱਲੀਏ, ਪਿਛਲੀ ਗੱਲਾਂ ਨੂੰ ਯਾਦ ਨਾ ਕਰੀਏ, ਇਹਦੇ 'ਚ ਕੋਈ ਸ਼ੱਕ ਨਹੀਂ। ਔਰ ਇਹ ਗੱਲ ਹਕੀਕਤ ਵੀ ਹੈ, ਮੈਨੂੰ ਕਾਫੀ ਉਹਦੇ ਵਿੱਚ ਤਰੱਕੀ ਮਿਲੀ ਹੈ ਕਿ ਅੱਗੇ ਉਸ ਮਿਸ਼ਨ 'ਚ ਕਾਮਯਾਬ ਜੀ ਇਨਸ਼ਾਅੱਲਾ। ਇਸ ਵਾਸਤੇ ਕਿ ਉਦੋਂ ਮੈਂ ਇਕੱਲੇ ਜਾ ਕੇ ਉੱਥੇ ਪ੍ਰਚਾਰ ਕੀਤਾ ਸੀ, ਠੀਕ ਹੈ, ਹੁਣ ਉੱਥੇ ਹਜ਼ਾਰਾਂ ਦੀ ਤਾਦਾਦ 'ਤੇ ਜਿਹੜੇ ਤੁਹਾਡੇ ਜਿਹੜੇ ਲੋਕ ਮੇਰੇ ਆ ਪੁੱਤਰ ਪੁੱਤਰੀਏ ਜਿਹੜੇ ਵੀ ਕੋਈ ਮੇਰੇ ਨਾਲ ਹੈਣ, ਹੁਣ ਉੱਥੇ ਇਹਨਾਂ ਨੂੰ ਕੋਈ ਆਖੇ ਕਿ ਯਾਰ ਪਾਕਿਸਤਾਨ ਤੇ ਬਹੁਤ ਬੁਰੇ ਨੇ, ਉੱਥੇ ਜਾਓ ਤੇ ਇੰਜੋ, ਇਹ ਡਾਂਗਾ ਖਿੱਚ ਲੈਂਦੇ ਨੇ, ਆਂਦੇ ਨੇ ਤੁਹਾਡੀ ਅਸੀਂ ਦਿੱਤਾ ਸੀ, ਪਾਕਿਸਤਾਨ ਵਾਲੇ ਤੇ ਬੁਰੇ ਹੈ ਨਹੀਂ, ਅਸੀਂ ਵੀ ਬੁਰੇ ਹਾਂ ਜਿਹੜੇ ਉਹਨਾਂ ਨੂੰ ਬੁਰੇ ਆਉਂਦੇ ਹਾਂ। ਔਰ ਜਿਹੜੇ ਵੀ ਲੋਕ ਉੱਥੋਂ ਜਿਹੜੇ ਡਰਦੇ ਨਹੀਂ ਸਨ ਆਉਂਦੇ, ਹੁਣ ਉਹਦੇ ਵਿੱਚ ਕਾਫੀ ਆ ਨਵੀਂ ਪੌਦ ਜਿੰਨੇ ਵੀ ਆ ਬੱਚੇ ਹਨ, ਇਹ ਪਹਿਲਾਂ ਹੁਣ ਤੱਕ ਇਸ ਵਾਸਤੇ ਵਿਚਾਰੇ ਨਹੀਂ ਇਹ ਦਰਾਇਬ ਔਰ ਡਰਦੇ ਹਨ ਵੀ ਮਤਲਬ ਪਾਕਿਸਤਾਨ ਸਾਨੂੰ ਕੋਈ ਮਾਰ ਨਾ ਦੇ ਜੀ ਹਾਂ। ਅਤੇ ਹੁਣ ਇਹ ਜਿਸ ਜ਼ਿਲ੍ਹੇ ਦੇ ਆਏ ਨੇ ਅਤੇ ਇਹਨਾਂ ਨੂੰ ਆਖਿਆ ਪੁੱਤਰ ਖੁੱਲ੍ਹੇ ਸੜਕਾਂ ਦੇ ਆਂਗਰੇ ਮਾਰੋ, ਤੁਹਾਡੀ ਆਪਣੀ ਜੂ ਹੈ, ਆਪਣਾ ਤੁਹਾਡਾ ਮਕਾਨ ਹੈ, ਆਪਣੇ ਘਰ ਨੇ। ਮੈਂ ਚਾਚਾ ਜੀ ਦੀ ਗੱਲ ਟੋਕ ਰਿਹਾ, ਮਤਲਬ ਇਹ ਉੱਥੇ ਸਾਡੇ ਪੰਜਾਬ ਦੇ ਵਿੱਚ ਸਾਂਝੇ ਚਾਚੇ ਦੇ ਨਾਂ ਦੇ ਨਾਲ ਮਸ਼ਹੂਰ ਨੇ, ਸਾਂਝਾ ਚਾਚਾ, ਸਾਂਝਾ ਚਾਚਾ, ਇੱਧਰ ਵੀ ਚਾਚਾ ਉੱਧਰ ਵੀ ਚਾਚਾ ਉੱਧਰ ਵੀ ਚਾਚਾ, ਇਹ ਸਾਂਝੇ ਚਾਚੇ ਦੇ ਨਾਂ ਦੇ ਨਾਲ ਸਾਡੇ ਉੱਥੇ ਚੌਧਰੀ ਆਸ਼ਕ ਗੁੰਦਲ ਸਾਹਿਬ ਜੀ, ਬਿਲਕੁਲ, ਅਤੇ ਹੈ ਵੀ ਸਾਂਝੇ ਚਾਚੇ ਨੇ, ਬਿਲਕੁਲ, ਅਸੀਂ ਇਹਨਾਂ ਪਿਆਰ ਬਣਦੇ ਹਾਂ, ਇਹ ਕੋਈ ਸਾਡੇ 'ਚ ਫਰਕ ਨਹੀਂ ਸਮਝਦੇ, ਅਸੀਂ ਇੰਨਾ 'ਚ ਕੋਈ ਫਰਕ ਨਹੀਂ। ਤੁਸੀਂ ਕਿੱਥੋਂ ਆਏ ਹੋ ਜਨਾਬ? ਹਾਂਜੀ ਸਤਿ ਸ਼੍ਰੀ ਅਕਾਲ, ਮੇਰਾ ਨਾਮ ਵਰਿੰਦਰ ਸਿੰਘ ਪਿੰਡਰ, ਸਰਪੰਚ ਮਰਦਾਨਖੇੜੇ ਤੋਂ ਜੀ। ਹਾਂਜੀ, ਮੈਂ ਮਰਦਾਨਖੇੜੇ ਤਹਿਸੀਲ ਸਨ ਜ਼ਿਲ੍ਹਾ ਕਰਨਾਲ ਤੋਂ ਆਇਆ ਹਾਂ, ਅਤੇ ਸਾਡੇ ਬਜ਼ੁਰਗ ਜਿਹੜੇ ਮਾੜੀ ਪਿੰਡਰਾਂ ਤੋਂ ਗਏ ਹੋਏ ਨੇ ਜੀ, ਨੌਸ਼ਹਿਰੇ ਵਿਲਕਾਂ ਦੇ। ਹਾਂਜੀ ਹਾਂਜੀ, ਮਾੜੀ ਪਿੰਡਰਾਂ ਤੋਂ ਗਏ ਨੇ ਸਾਡੇ ਵਡੇਰੇ, ਅਤੇ ਜੋ ਸਾਡੇ ਵਡੇਰੇ ਗਏ ਨੇ ਅਤੇ ਸਾਡੇ ਪਿੰਡ 'ਚੋਂ ਮੈਂ ਪਹਿਲਾਂ ਹੀ ਸ਼ਖਸ ਹਾਂ ਜੋ ਵੀ ਪਾਕਿਸਤਾਨ 'ਚ ਆਇਆ, ਅਤੇ ਜਿੱਦਣ ਅਸੀਂ ਬਾਰਡਰ ਪਾਰ ਕੀਤਾ ਸੀ ਸਾਨੂੰ ਤਾਂ ਇਹ ਨਹੀਂ ਮਹਿਸੂਸ ਹੋਇਆ ਕਿ ਬਾਰਡਰ ਪਾਰ ਕਰਕੇ ਅਸੀਂ ਪਾਰ ਚੱਲਦੇ ਹਾਂ ਜਾਂ ਆਪਣੇ 'ਚ ਹੀ ਹਾਂ, ਸਾਨੂੰ ਤਾਂ ਇੰਨੀ ਸਕੂਨ ਮਿਲਿਆ ਅਤੇ ਦਾਦਾ ਜੀ ਦਾ ਪਿਆਰ ਦਿਨ ਰਾਤ ਮਿਲਦੇ ਆ, ਸਾਨੂੰ ਤਾਂ ਇਹ ਮਹਿਸੂਸ ਹੁੰਦਾ ਜਿਵੇਂ ਅਸੀਂ ਆਪਣੇ ਘਰ ਹੀ ਬੈਠੇ ਹੋਏ ਹਾਂ, ਕੋਈ ਓਪਰਾ ਨਹੀਂ ਲੱਗ ਰਿਹਾ, ਕੋਈ ਓਪਰਾ ਨਹੀਂ ਲੱਗ ਰਿਹਾ ਜੀ। ਅਸੀਂ ਤਾਂ ਸ਼ੁਕਰ ਗੁਜ਼ਾਰ ਹਾਂ ਆਪਣੇ ਅਰਮਾਨ ਖਾਨ ਦੇ, ਜਿਨ੍ਹਾਂ ਨੇ ਬਾਰਡਰ ਖੋਲ੍ਹ ਕੇ ਬੜਾ ਵਧੀਆ ਕੰਮ ਕੀਤਾ, ਅਤੇ ਉੱਧਰੋਂ ਸਾਡੇ ਮੋਦੀ ਜੀ ਸਰਕਾਰ ਬਹੁਤ ਵਧੀਆ, ਅਤੇ ਉਹਨਾਂ ਦੋਵਾਂ ਪਿਆਰ ਸਤਿਕਾਰ ਕੈਸਾ ਮਿਲਿਆ ਇੱਥੇ ਗੁਜਰਾਂ ਵਾਲੇ ਆਏ ਹੋ ਲੋਕਾਂ ਦਾ ਕਿਵੇਂ? ਸਾਨੂੰ ਤਾਂ ਆਪਣਿਆਂ ਤੋਂ ਵੱਧ ਕੇ ਮਿਲ ਰਿਹਾ ਜੀ, ਜਿਵੇਂ ਸਾਡੇ ਉੱਥੇ ਮਾਂ ਪਿਓ ਸਾਨੂੰ ਭਰਾ ਪਿਆਰ ਕਰਦੇ ਨੇ ਨਾ, ਉਸ ਤੋਂ ਜ਼ਿਆਦਾ ਸਾਡੇ ਜਿਹੜੇ ਇੱਥੇ ਗੁਜਰਾਂ ਵਾਲੇ ਅਸੀਂ ਬੈਠੇ ਹਾਂ, ਅੱਜ ਤਿੰਨ ਦਿਨ ਹੋ ਗਏ ਨੇ ਸਾਨੂੰ, 12 ਤਰੀਕ ਨੂੰ ਆਏ ਸਾਂ ਅੱਜ 15 ਤਰੀਕ, ਤਿੰਨਾਂ ਦਿਨਾਂ 'ਚ ਸਾਨੂੰ ਨਹੀਂ ਮਹਿਸੂਸ ਹੋਇਆ ਕਿ ਅਸੀਂ ਬਾਰਡਰ ਤੋਂ ਪਾਰ ਹਾਂ, ਸਾਨੂੰ ਤਾਂ ਇਹ ਮਹਿਸੂਸ। ਲੰਗਰ ਪਾਣੀ ਦੀ ਸੁਣਾਓ, ਲੰਗਰ ਪਾਣੀ? ਹਾਂਜੀ, ਲੰਗਰ ਪਾਣੀ ਬਹੁਤ ਵਧੀਆ ਜੀ। ਅੱਛਾ ਜੀ? ਹਾਂਜੀ ਹਾਂਜੀ। ਗੁਰਦੁਆਰੇ ਜਾ ਕੇ ਬੜਾ ਸਕੂਨ ਆਇਆ ਜੀ ਅਸੀਂ, ਤੇ ਇੱਕ ਹੋਰ ਬੜਾ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਜਿਹੜੀ ਸਾਡੀ ਪੁਰਾਣੀ ਇਮਾਰਤ ਹੈ ਉਹੀ ਬਖੂਬਸੂਰਤ ਰੱਖੀ ਹੋਈ ਹੈ, ਉਹਨੂੰ ਰੰਗ ਰੋਗਨ ਕੀਤਾ। ਹਾਂਜੀ ਹਾਂਜੀ,
ਬਹੁਤ ਵਧੀਆ ਸਾਫ਼ ਸੁਥਰਾ ਕੀਤਾ, ਸਭ ਕੁਛ ਕੀਤਾ, ਪਰ ਹੈ ਉਹ ਹੀ ਹੈ ਅਤੇ ਬੜਾ ਵਧੀਆ ਗੱਲ ਹੈ ਜੀ, ਜਿਹੜੀ ਪੁਰਾਣੀ ਯਾਦ ਚੀਜ਼ਾਂ ਨੇ ਉਹਨਾਂ ਨੂੰ ਵੇਖ ਕੇ ਬੜਾ ਵਧੀਆ ਮਹਿਸੂਸ ਹੁੰਦਾ ਜੀ। ਮਿਹਰਬਾਨੀ। ਚਲੋ ਯਾਸ਼ਿਕ ਸਾਹਿਬ, ਅਸੀਂ ਆਖਰੀ ਤੁਹਾਡੇ ਨਾਲ ਗੱਲਬਾਤ ਸਵਾਲ ਆ ਕਰਾਂਗੇ ਕਿ ਤੁਸੀਂ ਤੁਹਾਨੂੰ ਹੁਣ ਸਾਰੇ ਪਾਕਿਸਤਾਨ ਦੇ ਪੰਜਾਬ ਦੇ ਲੋਕ ਵੀ ਇੰਡੀਆ ਦੇ ਪੰਜਾਬ ਦੇ ਲੋਕ ਵੀ ਲਾਈਵ ਦੇਖ ਰਹੇ ਨੇ ਜੀ ਜੀ, ਤੁਸੀਂ ਸਾਨੂੰ ਉਹਨਾਂ ਪੰਜਾਬੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਉੱਧਰ ਮੌਜੂਦ ਨੇ ਲੇਕਿਨ ਮੀਡੀਆ ਤੋਂ ਥੋੜ੍ਹੇ ਜਿਹੇ ਨਾ ਉਹਨਾਂ ਨੂੰ ਪਤਾ ਨਹੀਂ ਹੁੰਦਾ, ਉਹ ਦੱਸਦੇ ਨੇ ਪਾਕਿਸਤਾਨ ਇੰਝ ਅਤੇ ਪਾਕਿਸਤਾਨ ਇੰਝ, ਕੋਈ ਮੈਸੇਜ ਦਿਓ ਉਹਨਾਂ ਨੂੰ ਜੀ? ਮੈਂ ਤਾਂ ਮੇਰਾ ਤਾਂ ਖਿਆਲ ਹੈ ਮੇਰਾ ਮੈਸੇਜ ਅੱਗੇ ਵੀ ਕਾਫੀ ਲੋਕਾਂ ਕੋਲ ਅਤੇ ਸਭ ਤੋਂ ਵਧੀਆ ਇਹ ਜਿਹੜਾ ਮੈਸੇਜ ਹੈ ਜਿਹੜੇ ਆ ਮੇਰੀ ਆਲ ਔਲਾਦ ਆਏ ਬੈਠੇ ਨੇ, ਠੀਕ ਹੈ, ਮਤਲਬ ਮੇਰੇ ਕੋਲ ਕੋਈ ਨਹੀਂ ਕਿ ਮੇਰਾ ਫਲਾਣੇ ਨਾਲ ਤੱਲਾ ਕਿ ਤੂੰ ਆਵੇਗਾ ਤਾਂ ਮੈਂ ਉਹਦੀ ਤਾਬੇਦਾਰੀ ਕਰਨੀ ਹੈ, ਮੇਰਾ ਡੇਰਾ, ਮੇਰੀ ਖਿਦਮਤ, ਕੋਈ ਅਜਨਬੀ ਵੀ ਆ ਜਾ ਕੇ ਉਹਦੇ ਵਾਸਤੇ ਹਾਜ਼ਰ ਹੈ, ਪਰ ਜਦੋਂ ਮੈਨੂੰ ਉੱਥੋਂ ਆਣ ਕੇ ਕੋਈ ਅਜਨਬੀ ਵੀ ਫੋਨ ਬਾਰਡਰ 'ਤੇ ਕਰ ਦਿੰਦਾ ਤਾਂ ਮੈਂ ਆਪਣੀ ਔਕਾਤ ਦੇ ਮੁਤਾਬਕ ਜੋ ਮੇਰੇ ਕੋਲ ਗੱਡੀ ਸੋਟਾ ਡਾਂਗ ਹੁੰਦਾ ਮੈਂ ਲੈ ਕੇ ਉੱਥੇ ਅੱਪੜ ਜਾਂਦਾ, ਠੀਕ ਹੈ, ਅਤੇ ਮੈਂ ਉਹਨਾਂ ਨੂੰ ਲਿਆ ਕੇ ਅਤੇ ਬਾ ਹਫਾਜ਼ਤ ਜਿੱਥੇ ਉਹਨਾਂ ਦਾ ਦਿਲ 'ਚ ਹੈ ਜਾਂ ਜਿੱਥੇ ਵੀ ਉਹਨਾਂ ਕਰਨਾ ਉਹ ਮੈਂ ਤਾਬੇਦਾਰੀ ਕਰਨਾ। ਔਰ ਮੈਂ ਆਪਣੇ ਹੋਰ ਅਜ਼ੀਜ਼ ਦੋਸਤ ਜਿੰਨੇ ਵੀ ਹਨ ਉਹਨਾਂ ਵੀ ਸਾਰਿਆਂ ਨੂੰ ਇਹ ਗੱਲ ਨਾ ਕਿ ਇਹਨਾਂ ਲੋਕਾਂ ਨਾਲ ਤੁਸੀਂ ਆਪਣਾ ਪਿਆਰ ਮੁਹੱਬਤ ਕਰਿਆ ਕਰੋ, ਉੱਧਰ ਦੇ ਲੋਕਾਂ ਨੂੰ ਵੀ ਮੈਸੇਜ ਦਿਓ ਕਿ ਪਾਕਿਸਤਾਨ ਆਓ, ਅੱਖਾਂ ਨਾਲ ਵੇਖੋ ਜੀ ਜੀ ਜੀ, ਜੋ ਤੁਸੀਂ ਸੁਣਿਆ ਟੀਵੀ ਚੈਨਲਾਂ ਕੋਲੋਂ ਉਹ ਇੱਥੇ ਜੀ, ਮੈਂ ਉਹਦਾ ਜਵਾਬ ਤਾਂ ਤੁਹਾਨੂੰ ਦੇ ਦਿੱਤਾ, ਤੁਹਾਨੂੰ ਸਮਝਿਆ ਨਹੀਂ, ਉੱਥੇ ਇੰਨੀ ਕੁ ਪਬਲਿਕ ਮੇਰੇ ਨਾਲ ਅਟੈਚ ਹੈ, ਮਿਸ਼ਨ ਦੇ ਨਾਲ ਅਟੈਚ, ਮੇਰੇ ਮਿਸ਼ਨ ਦੇ ਨਾਲ ਅਟੈਚ ਹੈ, ਠੀਕ ਹੈ, ਕਿਸੇ ਵੀ ਪਿੰਡ 'ਚ ਕੋਈ ਬੰਦਾ ਤੁਹਾਨੂੰ ਹੁਣ ਇਹ ਨਹੀਂ ਕਹਿ ਸਕਦਾ ਕਿ ਯਾਰ ਪਾਕਿਸਤਾਨ ਨਾ ਜਾਇਜ਼, ਉੱਥੇ ਬਹੁਤ ਬੁਰੇ ਨੇ, ਠੀਕ ਹੈ, ਪੰਜਾਬ 'ਚ, ਪੰਜਾਬ 'ਚ, ਠੀਕ ਹੈ, ਅਗਰ ਉੱਥੇ ਕੋਈ ਕਹੇਗਾ ਤਾਂ 50% ਲੋਕ ਜਿਹੜੇ ਨੇ ਉਹਨਾਂ ਦੇ ਅੱਗੇ ਖਲੋ ਜਾਣਗੇ ਕਿ ਬਾਈ ਅਸੀਂ ਅਸੀਂ ਹੋ ਕੇ ਆਏ ਹਾਂ, ਅਸੀਂ ਜ਼ਿੰਮੇਦਾਰ ਹਾਂ, ਠੀਕ ਹੈ। ਦੂਸਰਾ ਵੀ ਕਿ ਆ ਜਿਹੜੇ ਬੱਚੇ ਨੇ ਜਿਸਲੇ ਇਹਨਾਂ ਜਾ ਕੇ ਆਪਣੇ ਪਿੰਡਾਂ 'ਚ ਆਪਣੇ ਘਰਾਂ 'ਚ ਗੱਲ ਦੱਸਣੀ ਕਿ ਜੀ ਅਸੀਂ ਉੱਥੇ ਗਏ ਹਾਂ ਅਤੇ ਉੱਥੇ ਸਾਡੇ ਨਾਲ ਇਹ ਪਿਆਰ ਮਿਲਿਆ, ਇਹ ਪਿਆਰ ਮਿਲਿਆ, ਤੋ ਇਨਸ਼ਾਅੱਲਾ ਇਹ ਬੜਾ ਵੱਡਾ ਮੈਸੇਜ ਹੈ। ਅਗਰ ਕੁੰਜੀ ਬਦਕਿਸਮਤ ਹੈ ਜਿਹੜਾ ਆਣ ਕੇ ਆਪਣੇ ਗੁਰੂ ਦੀ ਧਰਤੀ ਦੇ ਮੱਥਾ ਟੇਕੂ ਹੀ ਨਹੀਂ, ਉਹਦਾ ਤੇ ਇਲਾਜ ਸਾਡੇ ਕੋਲ ਕੋਈ ਨਹੀਂ, ਬਾਕੀ ਜਿਹੜਾ ਆਵੇ ਜੀ ਬਿਲਕੁਲ ਬਿਲਕੁਲ, ਹਕੂਮਤ ਤੋਂ ਹਟ ਕੇ ਸਾਨੂੰ ਆਪਣੀ ਇੱਕ ਜ਼ਾਤ 'ਚ ਹਕੂਮਤ ਜੀ ਬਿਲਕੁਲ ਬਿਲਕੁਲ, ਸਾਨੂੰ ਹੋਰ ਕੰਮ ਹੀ ਕੋਈ ਨਹੀਂ ਸਵਾਇਆ ਤਾਬੇਦਾਰੀ ਦੇ। ਤੁਸੀਂ ਕਹਿੰਦੇ ਹੋ ਕਿ ਮੈਂ ਆਪਣੀ ਜ਼ਾਤ 'ਚ ਮੇਰੇ ਕੋਲ ਕੋਈ ਬੰਦਾ ਪੰਜਾਬ ਜੀ ਜੀ ਭਾਈ ਜੀ ਹਾਂ ਬਿਲਕੁਲ, ਮੇਰੇ ਦਰਵਾਜ਼ੇ ਉਹਦੇ ਵਾਸਤੇ ਖੁੱਲੇ ਹਮੇਸ਼ਾ, ਲੰਗਰ ਗੱਡੀ ਜੋ ਮੇਰੇ ਕੋਲ ਜੀ 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 ਹਾਂ ਬਿਲਕੁਲ ਬਿਲਕੁਲ ਖੁੱਲੇ ਮੈਂ ਉਹਦੀ ਖਿਦਮਤ ਕਰਾਂ। ਉਹਦੀ ਵਜ੍ਹਾ ਹੈ ਨਾ ਜੀ, ਤੁਸੀਂ ਐਜ਼ ਏ ਮੁਸਲਮਾਨ ਵੀ ਹੈ, ਤੁਹਾਡੇ 'ਤੇ ਫਰਜ਼ ਵੀ ਬਣਦਾ ਹੈ, ਮਸਲੇ ਨਹੀਂ ਸਮਝੋ, ਨਬੀ ਅਲੈਹਿ ਸਲਾਤੁ ਵਸਲਾਮ ਨੇ ਕਦੀ ਇਹ ਕੋਸ਼ਿਸ਼ ਕੀਤੀ ਕਿ ਆਹ ਬੰਦੇ ਜਿਹੜੇ ਨੇ ਮੈਨੂੰ ਨਹੀਂ ਮੰਨਦੇ ਤਾਂ ਮੈਂ ਇਹਨਾਂ ਨੂੰ ਮੈਂ ਮਾਨਵਾ ਦੀ ਇਹਨਾਂ ਦੇ ਨਾਲ, ਜਿਹੜਾ ਵੀ ਮਜ਼ਹਬ ਦਾ ਆਇਆ ਉਹਨੇ ਚਾਦਰ ਵਿਛਾਈ, ਇਹਦੇ 'ਚ ਮਜ਼ਹਬ ਦੀ ਗੱਲ ਨਹੀਂ ਖਿਲਾ ਰਿਹਾ, ਅਸੀਂ ਇਹ ਸਮਝਿਆ ਕਿ ਇਹ ਲੋਕ ਇਹਨਾਂ ਦੇ ਜਿਹੜੇ ਪਿਓ ਦਾਦੇ ਨੇ ਉਹ ਸਾਡੇ ਪਿਓ ਦਾਦਿਆਂ ਦੇ ਨਾਲ ਇੱਥੋਂ ਵਰਤ ਕੇ ਗਏ ਨੇ, ਮਿਲ ਕੇ ਗਏ ਨੇ, ਠੀਕ ਹੈ। ਔਰ ਉਸ ਦੌਰ ਦੇ ਵਿੱਚ ਕਦੀ ਅਸੀਂ ਛੋਟੇ ਛੋਟੇ ਹੁੰਦੇ ਸਨ ਅਤੇ ਇੱਕ ਸ਼ੇਰ ਬੋਲਦੇ ਹੁੰਦੇ ਸਨ, ਹਾਂਜੀ, 100-100 ਜੋੜ ਸੰਗਤ ਦੇ ਡਿੱਠੇ ਓੜਕ ਵਿੱਥਾਂ ਪਈਆਂ, ਜਿਨ੍ਹਾਂ ਬਿਨਾਂ ਇੱਕ ਪਲ ਨਹੀਂ ਸਾਂ ਜਿਉਂਦੇ, ਉਹ ਸ਼ਕਲਾਂ ਯਾਦ ਨਹੀਂ ਰਹੀਆਂ, ਤੇ ਉਹ ਬੁੱਢੇ ਜਿਹੜੇ ਸਨ ਡੇਰਿਆਂ 'ਚ ਬੈਠੇ ਉਹਨਾਂ ਉੱਚੀ ਉੱਚੀ ਰੋਣ ਲੱਗ ਪੈਣਾ, ਆਹ ਸੋਚਣਾ ਪਾਗਲ ਹੋ ਗਏ ਨੇ, ਇਹਨਾਂ ਨੂੰ ਕੀ ਤਕਲੀਫ ਹੈ, ਕਿਉਂ ਰੋਂਦੇ ਨੇ, ਮਗਰ ਹੁਣ ਅਹਿਸਾਸ ਹੁੰਦਾ ਪਿਆ ਕਿ ਯਾਰ ਉਹ ਜਿਹੜੇ ਰਲ ਕੇ ਖੇਡਦੇ ਰਹੇ ਨੇ, ਰਲ ਕੇ ਵਾਹੀ ਕਰਦੇ ਸਾਡੇ ਖੂਹ, ਉਹ ਜਦੋਂ ਉਹਨਾਂ ਨੂੰ ਹੁਣ ਸਮਝ ਆਉਂਦੀ ਹੈ ਵੀ ਉਹ ਸਾਰਾ ਫਲਾਣੇ ਸਰਦਾਰ ਟੁਰ ਗਏ ਤਾਂ ਉਹਨਾਂ ਦੀਆਂ ਸ਼ਕਲਾਂ ਤਾਂ ਉਹਨਾਂ ਨੂੰ ਯਾਦ ਨਹੀਂ, ਇਸ ਵਾਸਤੇ ਉਹ ਰੋਂਦੇ ਨੇ। ਬਹਰਹਾਲ ਇਹ ਵੀ ਕੋਈ ਅੱਲਾ ਪਾਕ ਦਾ ਨਿਜ਼ਾਮ ਸੀ, ਪਤਾ ਨਹੀਂ ਇਹਦੇ 'ਚ ਕੀ ਬਿਹਤਰੀ ਸੀ, ਅਤੇ ਮੈਂ ਆਪਣੀ ਦੂਜੇ ਵੀ ਲੋਕਾਂ ਨੂੰ ਜਿਹੜੇ ਕੋਈ ਤਲਕ ਵਾਸਤੇ ਆਉਣ ਜਾਂ ਪੰਜਾਬ ਦੇ ਜਿੰਨੇ ਵੀ ਲੋਕ ਨੇ, ਮੈਂ ਉਹਨਾਂ ਅੱਗੇ ਵੀ ਰਿਕੁਐਸਟ ਕਰਾਂਗਾ ਕਿ ਸਿੱਖ ਧਰਮ ਦਾ ਕੋਈ ਵੀ ਬੱਚਾ ਕਿਸੇ ਵੀ ਪ੍ਰੋਬਲਮ 'ਚ ਤੁਹਾਨੂੰ ਨਜ਼ਰ ਆ ਜਾਏ ਤਾਂ ਉਹਦੀ ਹੈਲਪ ਕਰੋ, ਅਤੇ ਇਨਸ਼ਾਅੱਲਾ ਉਹਦਾ ਅਜਰ ਤੁਹਾਨੂੰ ਅੱਲਾ ਤਾਲਾ ਦੇਵੇਗਾ। ਹਾਂਜੀ ਸਰਦਾਰ ਜੀ, ਤੁਸੀਂ ਕਿੱਥੋਂ ਆਏ ਹੋ? ਸਤਿ ਸ਼੍ਰੀ ਅਕਾਲ ਜੀ, ਸਲਾਮ ਵਾਲੀਕੁਮ ਸਾਰਿਆਂ ਨੂੰ ਜੀ। ਮੈਂ ਕਰਨਾਲ ਜ਼ਿਲ੍ਹੇ ਤੋਂ ਹਾਂ ਜੀ, ਕੁਲਦੀਪ ਸਿੰਘ ਮੱਲੀ, ਅਤੇ ਲੇਕਿਨ ਸਾਡਾ ਪਿਛੋਕੜ ਇੱਥੋਂ ਹੀ ਹੈ, ਨਿਸ਼ੋਰੇ ਵਿਲਕਾ ਤਹਿਸੀਲ, ਠੀਕ, ਪਿੰਡ ਪੰਜ ਗ੍ਰਾਹੀ ਤੋਂ, ਠੀਕ ਹੈ। ਅਤੇ ਜਦੋਂ ਪਾਕਿਸਤਾਨ ਦੀ ਧਰਤੀ 'ਤੇ ਆਏ ਹਾਂ, ਹਾਂਜੀ, ਇੱਕ ਵਾਰੀ ਇਮੋਸ਼ਨਲ ਹੋ ਗਿਆ। ਹਾਂ ਬਿਲਕੁਲ। ਅੱਛਾ, ਪਹਿਲੀ ਵਾਰੀ ਆਏ ਹੋ? ਹਾਂਜੀ ਪਹਿਲੀ ਵਾਰੀ ਆਏ ਹਾਂ। ਅਤੇ ਆਪਣੇ ਪਿੰਡ ਵੀ ਗਏ ਹੋਲੇ ਕਿ ਨਹੀਂ? ਪੰਜ ਜਾਵਾਂਗੇ ਜੀ, ਪਿੰਡ ਆਪਣੇ ਪਿੰਡ ਦੀ ਧਰਤੀ 'ਤੇ ਮੱਥਾ ਟੇਕ ਕੇ ਨਮਸਤਕ ਹੋ ਕੇ ਆਪਣੇ ਪਿੰਡ ਦੀ ਜੂਹ 'ਚ ਬਿਆਨ ਨਹੀਂ ਕਰ ਸਕਦੇ, ਬਸ ਬਿਆਨ ਨਹੀਂ ਕਰ ਸਕਦੇ ਜੀ। ਖੈਰ ਖੈਰ, ਚਾਚੇ ਦਾ ਇੰਨਾ ਪਿਆਰ ਮਿਲਿਆ, ਖੈਰ ਖੈਰ, ਇਹਨਾਂ ਦੀ ਬਦੌਲਤ ਅੱਜ ਬਸ ਠੀਕ ਹੈ ਪੁੱਤਰਾ, ਇੰਟਰਵਿਊ ਨਹੀਂ ਲੈਣਾ ਦੇਣਾ ਪਰ ਠੀਕ ਹੈ, ਖੈਰ ਹੈ, ਖੈਰ ਤਗੜਾ ਹੋ, ਕੋਈ ਚੋਟ ਕੁਝ ਨਹੀਂ ਹੁੰਦਾ। ਸਾਲ ਕੋਸ਼ਿਸ਼ ਕਰਾਂਗੇ ਹੀ ਆਪਣੇ ਚਾਚੇ ਨੂੰ ਤੇ ਇਸ ਪੰਜਾਬ ਦੇ ਵਿੱਚ ਜਿੰਨਾ ਸਾਨੂੰ ਮਾਣ ਸਤਿਕਾਰ ਇੱਥੇ ਮਿਲਿਆ ਅਸੀਂ ਕਦੀ ਦੇ ਨਹੀਂ ਦੇ ਸਕਦੇ, ਬਹੁਤ ਇੱਜ਼ਤ ਮਿਲੀ ਹੈ ਜੀ, ਬਹੁਤ ਜ਼ਿਆਦਾ ਸ਼ੁਕਰੀਆ। ਸਰ ਜੀ, ਮੈਂ ਸਿਰਸਾ ਹਰਿਆਣਾ ਤੋਂ ਆਇਆ। ਸਿਰਸਾ ਹਰਿਆਣਾ ਤੋਂ ਆਏ ਹੋ? ਹਾਂਜੀ, ਠੀਕ ਹੈ। ਪਹਿਲਾਂ ਪੰਜਾਬ ਦਾ ਹਿੱਸਾ ਸੀਗਾ ਇਹ? ਪਹਿਲੀ ਵਾਰੀ ਆਏ ਹੋ? ਹਾਂਜੀ, ਫਸਟ ਟਾਈਮ ਆਇਆ। ਕਿਹੋ ਲੱਗ ਰਿਹਾ?
ਕੀ ਬਿਆਨ ਕਰਾਂ ਮੈਂ? ਕੋਈ ਤੇ ਬਿਆਨ ਕਰੋ ਨਾ ਸਾਨੂੰ, ਗੱਲ ਤੇ ਕਰੋ ਸਾਡੇ ਨਾਲ ਕਿ ਕਿਵੇਂ ਦਾ ਲੱਗ ਰਿਹਾ ਚਾਚੇ ਹੋਰਾਂ ਕੋਲ ਆਏ ਹੋ। ਬੜੀ ਰੀਝ ਸੀਗੀ ਦੇ ਵਿੱਚ ਕਿ ਉਸ ਧਰਤੀ 'ਤੇ ਜਾਈਏ। ਠੀਕ ਹੈ, ਸਾਡੇ ਬਜ਼ੁਰਗ ਵੀ ਇੱਥੋਂ ਮਾਈਗ੍ਰੇਸ਼ਨ ਹੋ ਕੇ ਗਏ ਆ। ਠੀਕ ਹੈ, 1947 'ਚ। ਠੀਕ ਹੈ, ਅਤੇ ਅਸੀਂ ਰਹਿੰਦੇ ਸੀ ਇੱਥੇ ਮਾਂਗਾ ਮੰਡੀ ਮਾਂਗਾ ਮੰਡੀ ਲਾਹੌਰ ਮਾਂਗਿਆਣਾ, ਹਾਂਜੀ ਲਾਹੌਰ। ਠੀਕ ਹੈ, ਅਤੇ ਬੜੀ ਹਸਰਤ ਸੀਗੀ। ਠੀਕ ਹੈ, ਵੀ ਉਹ ਜਗ੍ਹਾ ਦੇਖ ਕੇ ਆਈਏ ਅਤੇ ਨਾਲੇ ਗੁਰੂ ਘਰਾਂ ਦਰਸ਼ਨ ਕਰਕੇ ਆਈਏ। ਠੀਕ ਹੈ, ਬਹੁਤ ਵਧੀਆ ਜੀ, ਬਹੁਤ ਮੁਹੱਬਤ ਮਿਲੀ, ਬਹੁਤ ਪਿਆਰ ਮਿਲਿਆ। ਹਾਂਜੀ, ਬਹੁਤ ਜ਼ਿਆਦਾ ਜੀ। ਅਸੀਂ ਬਾਜ਼ਾਰਾਂ 'ਚ ਗਏ ਹਾਂ ਅਤੇ ਜਿੱਥੇ ਜਿਵੇਂ ਕੋਈ ਮਿਲਦਾ ਸੀ ਅਤੇ ਘੇਰ ਲੈਂਦਾ ਸੀ। ਬੜੀ ਖਿਦਮਤ ਕੀਤੀ ਉਹਨਾਂ ਨੇ ਔਰ ਬੜੀਆਂ ਜੱਫੀਆਂ ਪਾਈਆਂ, ਬਾਹਾਂ ਖਿਲਾਰ ਕੇ ਖਲੋ ਜਾਂਦੇ ਵੀ ਹਾਂ ਜੀ ਆ ਜੀ।